ਕਨੈਕਟ ਨਿਊਜ਼ ਰੂਮ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਮਨਪ੍ਰੀਤ ਰੰਧਾਵਾ ਅਕਸਰ ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਸਰਕਾਰਾਂ ਦੀ ਆਲੋਚਨਾ ਕਰਦੇ ਹਾਂ ਚਾਹੇ ਉਹ ਕੇਂਦਰ ਦੀ ਹੋਵੇ ਤੇ ਚਾਹੇ ਉਹ ਸੂਬੇ ਦੀ ਹੋਵੇ ਔਰ ਇਸੇ ਤਰ੍ਹਾਂ ਸਿਆਸੀ ਪਾਰਟੀਆਂ ਪੋਲਿਟਿਕਲ ਪਾਰਟੀਆਂ ਦੀ ਵੀ ਉਨੇ ਹੀ ਆਲੋਚਨਾ ਕਰਦੇ ਹਾਂ ਤਾਂ ਕਿ ਇਹ ਸਾਰੇ ਲੋਕਾਂ ਦੀ ਬਿਹਤਰੀ ਲਈ ਕੰਮ ਕਰਨ ਤੇ ਜੋ ਇਹ ਵਾਦੇ ਕਰਕੇ ਆਉਂਦੇ ਨੇ ਲੋਕਾਂ ਦੇ ਨਾਲ ਜਾਂ ਆਮ ਜਨਤਾ ਦੇ ਨਾਲ ਜਾਂ ਇਸ ਦੇਸ਼ ਦੀ ਜਨਤਾ ਦੇ ਨਾਲ ਉਹਨਾਂ ਲਈ ਇਹ ਬਿਹਤਰ ਪਰਫਾਰਮ ਕਰਨ ਤੇ ਉਹਨਾਂ ਨੂੰ ਖੁਸ਼ਹਾਲ ਤੇ ਵਧੀਆ ਜ਼ਿੰਦਗੀ ਦੇ ਸਕਣ ਮਕਸਦ ਕੇਵਲੇ ਹੀ ਹੁੰਦਾ ਪਰ ਅੱਜ ਦਾ ਇਹ ਪ੍ਰੋਗਰਾਮ ਅਸੀਂ ਇੱਕ ਡਿਫਰੈਂਟ ਨੋਟ ਤੋਂ ਸ਼ੁਰੂ ਕਰਨ ਜਾ ਰਹੇ ਹਾਂ ਅਸੀਂ ਇੱਕ ਪੋਜ਼ਿਟਿਵ ਨੋਟ ਤੋਂ ਸ਼ੁਰੂ ਕਰਨ ਜਾ ਰਹੇ ਹਾਂ ਕਿਉਂਕਿ ਜੋ ਇਸ ਵਕਤ ਪੂਰੇ ਭਾਰਤ ਦੇ ਵਿੱਚ ਵੱਖਰੇ ਵੱਖਰੇ ਸੂਬਿਆਂ ਦੇ ਵਿੱਚ ਮਾਹੌਲ ਬਣਿਆ ਹੋਇਆ ਨਫ਼ਰਤ ਭਰੀ ਜਾ ਰਹੀ ਹੈ ਇੱਕ ਦੂਸਰੇ ਦੇ ਪ੍ਰਤੀ ਖਾਸ ਤੌਰ ਤੇ ਪੋਲੀਟੀਕਲ ਪਾਰਟੀਆਂ ਵੱਲੋਂ ਸਿਆਸੀ ਪਾਰਟੀਆਂ ਵੱਲੋਂ ਆਪਣੇ ਛੋਟੇ ਹਿੱਤਾਂ ਲਈ ਆਪਣੇ ਸੌੜੇ ਹਿੱਤਾਂ ਲਈ ਤਾਂ ਕਿ ਗੋਲਬੰਦੀ ਕਰਕੇ ਜਾਂ ਪੋਲਰਾਈਜ਼ ਕਰਕੇ ਸਾਡੀਆਂ ਤੇ ਤੁਹਾਡੀਆਂ ਵੋਟਾਂ ਲਈਆਂ ਜਾ ਸਕਣ ਪਰ ਮਲੇਰ ਕੋਟਲਾ ਪੰਜਾਬ ਦਾ ਉਹ ਮਲੇਰ ਕੋਟਲਾ ਇੱਕ ਜ਼ਿਲ੍ਹਾ ਜਿੱਥੇ ਮੁਸਲਿਮ ਜਾਂ ਮੁਸਲਿਮ ਭਾਈਚਾਰੇ ਦੀ ਆਬਾਦੀ ਸਭ ਤੋਂ ਵੱਧ ਆ ਉਥੋਂ ਇੱਕ ਬੜੀ ਸੁਖਾਵੀ ਖਬਰ ਆਉਂਦੀ ਹੈ ਖਬਰ ਇਹ ਆ ਕਿ ਉੱਥੇ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਜਿਹਨੂੰ ਆਪਾਂ ਰਮਾਦਾਨ ਵੀ ਕਹਿ ਦਿੰਦੇ ਆ ਅਰਬੀ ਦੇ ਵਿੱਚ ਕਾਫੀ ਪਵਿੱਤਰ ਮਹੀਨਾ ਇਸ ਭਾਈਚਾਰੇ ਲਈ ਮੰਨਿਆ ਜਾਂਦਾ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਪਰ ਇਸ ਦੌਰਾਨ ਜਿਹੜੀ ਸੁਖਾਵੀ ਖਬਰ ਆਉਂਦੀ ਹੈ ਕਿ ਉੱਥੋਂ ਦਾ ਜਿਹੜਾ ਹਿੰਦੂ ਭਾਈਚਾਰਾ ਉਹ ਇਹਨਾਂ ਮੁਸਲਿਮ ਭਾਈਚਾਰੇ ਦੇ ਲੋਕਾਂ ਲਈ ਆਪਣੇ ਮੰਦਰਾਂ ਦੇ ਦਰਵਾਜ਼ੇ ਖੋਲ ਦਿੰਦਾ ਕਹਿੰਦੇ ਕਿ ਜਿਹੜਾ ਤੁਸੀਂ ਰੋਜ਼ਾ ਇਫਤਾਰ ਰੱਖਦੇ ਹੋ ਇਹਨਾਂ ਮਹੀਨੇ ਦੇ ਦੌਰਾਨ ਇਹ ਇਸ ਮਹੀਨੇ ਦੇ ਦੌਰਾਨ ਉਸ ਨੂੰ ਸਾਡੇ ਮੰਦਰ ਦੇ ਵਿੱਚ ਆ ਕੇ ਖੋਲੋ ਇਸ ਨਾਲ ਸਾਡੀ ਭਾਈਚਾਰਕ ਸਾਂਝ ਵਧੂਗੀ ਬਹੁਤ ਵਧੀਆ ਉਦਾਹਰਨਾ ਔਰ ਕੱਲੇ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਲਈ ਇਹ ਵਧੀਆ ਉਦਾਹਰਨਾ ਪੂਰੇ ਭਾਰਤ ਲਈ ਵਧੀਆ ਉਦਾਹਰਨਾਂ ਔਰ ਇਸ ਤਰ੍ਹਾਂ ਦੀਆਂ ਉਦਾਹਰਨਾਂ ਪੂਰੇ ਦੁਨੀਆ ਦੇ ਵਿੱਚ ਜਾਣੀਆਂ ਚਾਹੀਦੀਆਂ ਨੇ ਇਸ ਤੋਂ ਇਲਾਵਾ ਅਗਲੀ ਗੱਲ ਕਰਾਂਗੇ ਆਪਾਂ ਕਿਸਾਨਾਂ ਦੀ ਅੱਜ ਕਿਸਾਨਾਂ ਨੇ ਆਪਣੀ ਮਹਾਪੰਚਾਇਤ ਕਰਨੀ ਆ ਔਰ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨਾਂ ਨੇ ਆਲਰੇਡੀ ਜਾਣਾ ਸ਼ੁਰੂ ਵੀ ਕਰ ਦਿੱਤਾ ਸੀ ਬਲਕਿ ਕਈ ਦਿਨਾਂ ਤੋਂ ਉਹ ਬੱਸਾਂ ਤੇ ਟ੍ਰੇਨਸ ਤੇ ਜਾਂ ਹੋਰ ਕਈ ਵਾਹਨਾਂ ਤੇ ਚੜ ਕੇ ਉਹ ਉੱਥੇ ਰਾਮਲੀਲਾ ਮੈਦਾਨ ਦੇ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਆ ਔਰ ਉਮੀਦ ਕੀਤੀ ਜਾ ਰਹੀ ਹੈ ਕਿ ਕਿਉਂਕਿ ਪੂਰੇ ਭਾਰਤ ਦੇ ਵਿੱਚੋਂ ਕਿਸਾਨ ਇਹਦੇ ਵਿੱਚ ਭਾਗ ਲੈ ਰਹੇ ਨੇ ਮਹਾਪੰਚਾਇਤ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਤੇ ਕਾਫੀ ਵੱਡਾ ਇਕੱਠ ਇੱਥੇ ਹੋਣ ਦੀ ਉਮੀਦ ਹੈ ਇਨਾਂ ਦੀਆਂ ਮੰਗਾਂ ਨੂੰ ਲੈ ਕੇ ਤੇ ਕਿਹੜੀਆਂ-ਕਿਹੜੀਆਂ ਇਹਨਾਂ ਨੂੰ ਮੁਸ਼ਕਲਾਂ ਪੈਦਾ ਹੋਈਆਂ ਕਿਉਂਕਿ ਦਿੱਲੀ ਸਰਕਾਰ ਨੇ ਜਾਂ ਦਿੱਲੀ ਪੁਲਿਸ ਦੀ ਮੈਂ ਗੱਲ ਕਰੂੰਗਾ ਉਹਨਾਂ ਨੇ ਇਹਨਾਂ ਨੂੰ ਪਰਮਿਸ਼ਨ ਤਾਂ ਦੇਤੀ ਇਜਾਜ਼ਤ ਤਾਂ ਦੇਤੀ ਕਿ ਤੁਸੀਂ ਜਾ ਕੇ ਰਾਮਲੀਲਾ ਮੈਦਾਨ ਦੇ ਵਿੱਚ ਆਪਣੀ ਮਹਾਪੰਚਾਇਤ ਕਰ ਸਕਦੇ ਹੋ ਪਰ ਇੰਨੀਆਂ ਕਿ ਕੰਡੀਸ਼ਨਸ ਲਾਤੀਆਂ ਇੰਨੀਆਂ ਕਿ ਇਹਨਾਂ ਤੇ ਪਾਬੰਦੀਆਂ ਲਾਤੀਆਂ ਕਿ ਕਿਸੇ ਤਰ੍ਹਾਂ ਇਹਨਾਂ ਦੀ ਮਹਾਪੰਚਾਇਤ ਕਾਮਯਾਬ ਨਾ ਹੋ ਜਾਈ ਇਸ ਉੱਤੇ ਗੱਲ ਤਾਂ ਕਰਾਂਗੇ ਕਰਾਂਗੇ ਅਗਲੀ ਗੱਲ ਕਰਾਂਗੇ ਬੀਤੇ ਕੱਲ੍ਹ ਬੰਬੇ ਦੀ ਸਟਾਕ ਐਕਸਚੇਂਜ ਉੱਥੇ ਸੈਂਸੈਕਸ ਮੁਦੇ-ਮੁਹ ਡਿੱਗ ਪਈ ਕਾਰਨ ਇਹ ਬਣਿਆ ਕਹਿੰਦੇ ਇਸ ਟਾਈਮ ਭਾਰਤੀ ਜਨਤਾ ਪਾਰਟੀ ਨੂੰ ਲੈ ਕੇ ਜਾਂ ਕੇਂਦਰ ਸਰਕਾਰ ਨੂੰ ਲੈ ਕੇ ਜਨਤਾ ਦੇ ਵਿੱਚ ਜਿਹੜਾ ਸੈਂਟੀਮੈਂਟ ਜਾ ਰਿਹਾ ਜਿਹੜੀ ਭਾਵਨਾ ਜਾ ਰਹੀ ਹੈ ਉਹ ਕਹਿੰਦੇ ਵਧੀਆ ਨਹੀਂ ਜਾ ਰਹੀ ਉਹਨਾਂ ਨੂੰ ਇਹ ਲੱਗਦਾ ਕਿ ਸ਼ਾਇਦ ਭਾਰਤੀ ਜਨਤਾ ਪਾਰਟੀ ਤੀਸਰੀ ਵਾਰੀ ਕੇਂਦਰ ਦੇ ਵਿੱਚ ਸਰਕਾਰ ਨਾ ਬਣਾ ਸਕੇ ਤੇ ਇਸੇ ਤਰ੍ਹਾਂ ਨਿਰੰਦਰ ਮੋਦੀ ਤੀਸਰੀ ਵਾਰੀ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸੌ ਨਾ ਚੁੱਕ ਸਕਣ ਸੋ ਇਹਨਾਂ ਕਾਰਨਾ ਕਰਕੇ ਕਹਿੰਦੇ ਸੈਂਸੈਕਸ ਥੱਲੇ ਡਿੱਗੀ ਆ ਮੁੱਦੇ ਮੂਹ ਡਿੱਗੀ ਆ ਬਲਕਿ ਕੱਲੀ ਸੈਂਸੈਕਸ ਨਹੀਂ ਇਥੋਂ ਤੱਕ ਕਿ ਗੌਤਮ ਅਡਾਨੀ ਜਿਹੜੇ ਖਾਸਮ ਖਾਸਮ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਿਰੰਦਰ ਮੋਦੀ ਦੇ ਉਹਨਾਂ ਦੇ ਵੀ 10 ਕੰਪਨੀਆਂ ਦੇ ਸ਼ੇਅਰ ਮੁੱਦੇ ਮੂਹ ਡਿੱਗ ਪਏ ਆ ਇਸ ਗੱਲ ਨੂੰ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਤੁਹਾਡਾ ਸਾਰਿਆਂ ਦਾ ਬੇਹਦ ਸ਼ੁਕਰੀਆ ਕਿ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਭਰਪੂਰ ਹੰਗਾਰਾ ਦੇ ਰਹੇ ਹਨ ਮਲੇਰ ਕੋਟਲੇ ਦੇ ਵਿੱਚ ਇੱਕ ਕਮੇਟੀ ਬਣੀ ਆ ਜਿਹਦਾ ਨਾਮ ਆ ਸ਼੍ਰੀ ਰਾਮ ਮੰਦਰ ਕਮੇਟੀ ਔਰ ਇਹਦੇ ਚੇਅਰਮੈਨ ਨੇ ਦੀਪਕ ਸ਼ਰਮਾ ਪਹਿਲ ਕੀਤੀ ਇਹਨਾਂ ਨੇ ਪਹਿਲ ਇਸ ਗੱਲ ਦੀ ਕੀਤੀ ਕਿ ਇਹਨਾਂ ਨੇ ਜਿੰਨੇ ਉੱਥੇ ਮੁਸਲਿਮ ਭਾਈਚਾਰੇ ਦੇ ਲੋਕ ਰਹਿੰਦੇ ਨੇ ਮਲੇਰ ਕੋਟਲੇ ਦੇ ਵਿੱਚ ਉਹਨਾਂ ਨੂੰ ਇਹਨਾਂ ਨੇ ਇਨਵਾਈਟ ਕੀਤਾ ਉਹਨਾਂ ਨੂੰ ਨਿਯੋਤਾ ਦਿੱਤਾ ਕਿ ਜਿਹੜੇ ਤੁਸੀਂ ਇਸ ਪਵਿੱਤਰ ਰਮਜ਼ਾਨ ਦੇ ਦੌਰਾਨ ਜਾਂ ਰਮਾਦਾਨ ਦੇ ਦੌਰਾਨ ਜਿਹੜੇ ਤੁਸੀਂ ਵਰਤ ਰੱਖਦੇ ਹੋ ਜਿਨ੍ਹਾਂ ਨੂੰ ਰੋਜ਼ੇ ਕਿਹਾ ਜਾਂਦਾ ਉਹ ਤੁਸੀਂ ਰੋਜ਼ੇ ਜਦੋਂ ਸ਼ਾਮ ਨੂੰ ਖੋਲਦੇ ਹੋ ਤਾਂ ਸਾਡੇ ਮੰਦਰ ਦੇ ਵਿੱਚ ਆ ਕੇ ਖੋਲੋ ਇਹਦੇ ਨਾਲ ਆਪਸੀ ਸਾਂਝ ਵਧੂਗੀ ਆਪਸੀ ਭਾਈਚਾਰਾ ਵਧੂਗਾ ਤੇ ਦੁਨੀਆ ਦੇ ਵਿੱਚ ਇੱਕ ਵਧੀਆ ਸੁਨੇਹਾ ਜਾਊਗਾ ਇਹ ਗੱਲ ਦੀਪਕ ਸ਼ਰਮਾ ਨੇ ਕਹੀ ਆ ਬਹੁਤ ਚੰਗਾ ਵੀ ਲੱਗਾ ਔਰ ਇਸ ਗੱਲ ਉੱਤੇ ਇਹ ਵੀ ਲੱਗਾ ਕਿ ਇਸ ਤਰ੍ਹਾਂ ਦੀ ਉਦਾਹਰਣ ਪੂਰੀ ਦੁਨੀਆ ਦੇ ਵਿੱਚ ਜਾਣੀ ਚਾਹੀਦੀ ਆ ਔਰ ਪੂਰੇ ਭਾਰਤ ਦੇ ਵੱਖਰੇ ਵੱਖਰੇ ਸੂਬਿਆਂ ਦੇ ਵਿੱਚ ਜਾਣੀ ਚਾਹੀਦੀ ਆ ਉਹਨਾਂ ਬਲਕਿ ਇਹ ਵੀ ਗੱਲ ਕਹੀ ਦੀਪਕ ਸ਼ਰਮਾ ਨੇ ਕਿ ਪਰੰਪਰਾ ਰਹੀ ਆ ਹਿੰਦੂ ਸਿੱਖ ਤੇ ਮੁਸਲਮਾਨ ਇੱਕ ਦੂਸਰੇ ਦੇ ਤਿਉਹਾਰ ਵਿਸ਼ੇਸ਼ ਮੌਕਿਆਂ ਤੇ ਮਨਾਉਂਦੇ ਨੇ ਤੇ ਹੁਣ ਕੀ ਹੋ ਗਿਆ ਭਾਰਤ ਦੇ ਵਿੱਚ ਕਿ ਅਸੀਂ ਆਪਸ ਦੇ ਵਿੱਚ ਵੰਡੀਆਂ ਪਾ ਲਈਆਂ ਦੇਖੋ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਪੰਜਾਬ ਉਸ ਵਾਰ ਜਿਹੜੇ 1947 ਦੇ ਵਿੱਚ ਜੋ ਸੰਤਾਪ ਭੋਗਿਆ ਵੰਡ ਦਾ ਜਦੋਂ ਪਾਕਿਸਤਾਨ ਬਣਦਾ ਹਿੰਦੁਸਤਾਨ ਵੱਖਰਾ ਹੁੰਦਾ ਔਰ ਉਸ ਤੋਂ ਬਾਅਦ ਮੈਨੂੰ ਲੱਗਦਾ ਪੰਜਾਬ ਸੂਬੇ ਨੇ ਜਿਸ ਤਰ੍ਹਾਂ ਦਾ ਕਤਲੇਆਮ ਦੇਖਿਆ ਜੋ ਕੁਝ ਇੱਥੇ ਵਾਪਰਿਆ ਉਸ ਨੂੰ ਕੋਈ ਭੁਲਾ ਨਹੀਂ ਸਕਦਾ ਔਰ ਇਹ ਜਿਹੜੀਆਂ ਗੱਲਾਂ ਨੇ ਉਹ ਜਨਰੇਸ਼ਨ ਤੋਂ ਜਨਰੇਸ਼ਨ ਇੱਕ ਜਨਰੇਸ਼ਨ ਤੋਂ ਅੱਗੇ ਤੱਕ ਤੁਰਦੀਆਂ ਆ ਰਹੀਆਂ ਨੇ ਔਰ ਇਸ ਦੀਆਂ ਕਹਾਣੀਆਂ ਜਦੋਂ ਅਸੀਂ ਅੱਜ ਵੀ ਸੁਣਦੇ ਆਂ ਤੇ ਰੂਹ ਕੰਬ ਉੱਠਦੀ ਆ ਇਸੇ ਤਰ੍ਹਾਂ ਤੁਸੀਂ ਯਾਦ ਕਰੋ ਜਦੋਂ ਖੜਕੂਵਾਸੀ ਮਿਲਟੈਂਸੀ ਸੀ ਜਾਂ ਕਈ ਲੋਕ ਇਹਨੂੰ ਅਤਵਾਦ ਵੀ ਕਹਿੰਦੇ ਆ ਉਹਨਾਂ ਦਿਨਾਂ ਦੇ ਵਿੱਚ ਵੀ ਆਪਸੀ ਭਾਈਚਾਰੇ ਦੇ ਵਿੱਚ ਵਿਤਕਰਪ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਈ ਲੋਕ ਆਪਣੀਆਂ ਆਪਣੀਆਂ ਕਹਾਣੀਆਂ ਕਹਿੰਦੇ ਨੇ ਪਰ ਇਸ ਦੌਰਾਨ ਵੀ ਚਾਹੇ Hindu ਸੀ ਚਾਹੇ Sikh ਸੀ ਚਾਹੇ ਕਿਸੇ ਹੋਰ ਭਾਈਚਾਰੇ ਦੇ ਲੋਕ ਸੀ ਪੂਰੀ ਦੁਨੀਆ ਨੂੰ ਇਹ ਉਦਾਹਰਨ ਬਣਾ ਕੇ ਉਹਨਾਂ ਨੇ ਪੇਸ਼ ਕੀਤੀ ਕਿ ਜੋ ਮਰਜ਼ੀ ਤੁਸੀਂ ਕਰ ਲਓ ਪਰ ਅਸੀਂ ਆਪਸ ਦੇ ਵਿੱਚ ਪਟਨਾ ਨਹੀਂ ਆ ਅਸੀਂ ਆਪਸ ਦੇ ਵਿੱਚ ਵੱਖਰੇ ਨਹੀਂ ਹੋਣਾ ਤੇ ਉਸ ਦੀ ਮਿਸਾਲ ਵੀ ਪੂਰੀ ਦੁਨੀਆ ਦੇ ਵਿੱਚ ਗਈ ਬਾਦ ਦੇ ਵਿੱਚ ਇਸੇ ਮਿਸਾਲ ਨੂੰ ਅੱਗੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਲੈ ਕੇ ਵੀ ਗਈ। ਉਹਨਾਂ ਨੇ ਆਪਸੀ ਸਾਂਝ ਕਰਕੇ ਹੀ ਇੱਕ ਪੋਲੀਟੀਕਲ ਅਲਾਈਅੰਸ ਵੀ ਕੀਤਾ ਖੈਰ ਇਹ ਗੱਲਾਂ ਤੁਹਾਨੂੰ ਸਾਰਿਆਂ ਨੂੰ ਪਤਾ। ਪਰ ਪਿਛਲੇ ਕੁਝ 10 ਸਾਲਾਂ ਦੇ ਦੌਰਾਨ ਜਦੋਂ ਤੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੇਂਦਰ ਦੇ ਵਿੱਚ ਆਈ ਆ ਇਸ ਤਰ੍ਹਾਂ ਦੀ ਨਫ਼ਰਤ ਸਾਰਿਆਂ ਦੇ ਵਿੱਚ ਜਾਂ ਸੂਬਿਆਂ ਦੇ ਵਿੱਚ ਫੈਲ ਰਹੀ ਆ। ਹੁਣ ਅੱਜ ਮੈਂ ਕਿਸਾਨਾਂ ਦੇ ਅੰਦੋਲਨ ਦੀ ਗੱਲ ਕਰ ਰਿਹਾ ਸੀ ਤਾਂ ਤੁਸੀਂ ਯਾਦ ਕਰੋ ਸਨ 2020-21 ਦੇ ਵਿੱਚ ਉਦੋਂ ਵੀ ਇਹਨਾਂ ਕਿਸਾਨਾਂ ਨੂੰ ਜਾਂ ਤਾਂ ਖਾਲਿਸਤਾਨੀ ਕਿਹਾ ਜਾ ਰਿਆ ਸੀ ਜਾਂ ਇਹਨਾਂ ਨੂੰ ਐਂਟੀ ਨੈਸ਼ਨਲ ਕਿਹਾ ਜਾ ਰਿਆ ਸੀ ਜਦ ਕਿ ਇਹ ਆਪਣੇ ਹੀ ਮੁਲਕ ਦੇ ਪਛਿੰਦੇ ਨੇ ਆਪਣੇ ਹੀ ਮੁਲਕ ਦੇ ਇਹ ਨਾਗਰਿਕ ਨੇ ਇਹਨਾਂ ਨੂੰ ਤੁਸੀਂ ਖਾਲਿਸਤਾਨੀ ਕਹਿ ਦੋ ਤੇ ਮੁਸਲਮਾਨਾਂ ਨੂੰ ਕਹਿ ਦੋ ਕਿ ਤੁਸੀਂ ਪਾਕਿਸਤਾਨੀ ਹੋ ਤੁਸੀਂ ਪਾਕਿਸਤਾਨ ਚਲੇ ਜਾਓ ਇਹ ਗੱਲਾਂ ਸੁਣ ਸੁਣ ਕੇ ਲੋਕਾਂ ਦੇ ਮਨਾਂ ਦੇ ਵਿੱਚ ਕਈ ਵਾਰੀ ਇੱਕ ਦੂਸਰੇ ਦੇ ਪ੍ਰਤੀ ਸੰਦੇਹ ਆ ਜਾਂਦਾ ਸੀ ਜਾਂ ਇਹਨਾਂ ਨੂੰ ਸ਼ੱਕ ਸ਼ੁਬੇ ਪੈਦਾ ਹੁੰਦੇ ਸੀ ਔਰ ਇਹਨਾਂ ਸਾਰੀਆਂ ਚੀਜ਼ਾਂ ਪਿੱਛੇ ਪੋਲਿਟਿਕਲ ਪਾਰਟੀਆਂ ਜ਼ਿੰਮੇਵਾਰ ਨੇ ਔਰ ਕੱਲੀ ਇਹ ਐਗਜ਼ਾਮਪਲ ਨਹੀਂ ਅੱਜ ਮੈਂ ਤੁਹਾਨੂੰ ਥੋੜੀਆਂ ਹੋਰ ਵੀ ਐਗਜ਼ਾਮਪਲਾਂ ਦਿੰਨਾ ਬਰਨਾਲਾ ਇਹ ਵੀ ਪੰਜਾਬ ਦਾ ਹਿੱਸਾ ਹੈ ਬਰਨਾਲੇ ਦਾ ਜ਼ਿਲ੍ਹਾ ਔਰ ਇਸ ਦੇ ਤਿੰਨ ਪਿੰਡ ਨੇ ਇਹਨਾਂ ਤਿੰਨਾਂ ਪਿੰਡਾਂ ਨੇ ਵੀ ਇਸੇ ਤਰ੍ਹਾਂ ਦੀ ਉਦਾਹਰਣ ਪੇਸ਼ ਕੀਤੀ ਆ ਬਰਨਾਲੇ ਦੇ ਵਿੱਚ ਇੱਕ ਕੁਤਬਾ ਬਹਾਮਣੀਆਂ ਪਿੰਡ ਆ ਹੁਣ ਤੁਸੀਂ ਇੱਥੇ ਦੇਖੋ ਕਿ ਫਰਾਈਡੇ ਨੂੰ ਯਾਨੀ ਕਿ ਸ਼ੁੱਕਰਵਾਰ ਨੂੰ ਨਮਾਜ਼ ਪੜ੍ਹੀ ਜਾਂਦੀ ਆ ਅਜ਼ਾਨ ਹੁੰਦੀ ਆ ਇਸ ਗੱਲ ਦਾ ਤਾਂ ਸਾਨੂੰ ਸਾਰਿਆਂ ਨੂੰ ਪਤਾ ਪਰ ਇੱਥੇ ਇੱਕ ਮਸਜਿਦ ਸੀ ਮਸੀਤ ਆਪਾਂ ਨੂੰ ਕਹਿ ਦਿੰਦੇ ਆ ਪੰਜਾਬੀ ਦੇ ਵਿੱਚ ਨਾਸਿਕ ਮਸਜਿਦ ਇਹ ਟੁੱਟੀ ਪਈ ਸੀ ਬਿਲਕੁਲ ਜ਼ਰ-ਜ਼ਰ ਹੋਈ ਪਈ ਸੀ ਔਰ ਇਸ ਨੂੰ ਫਿਰ ਇਹਨਾਂ ਨੇ ਸਾਰਿਆਂ ਨੇ ਉੱਥੇ ਬਾਕੀ ਭਾਈਚਾਰਿਆਂ ਨੇ ਚਾਹੇ ਉਹ ਸਿੱਖ ਭਾਈਚਾਰਾ ਸੀ ਚਾਹੇ ਉਹ Hindu ਭਾਈਚਾਰਾ ਸੀ ਤੇ ਆਜ਼ਾਦੀ ਤੋਂ ਪਹਿਲਾਂ ਦੀ ਇਸ ਮਸੀਤ ਨੂੰ ਸਾਰਿਆਂ ਨੇ ਮਿਲ ਕੇ ਇਹਦੀ ਮੁਰੰਮਤ ਕਰਾਈ ਤਾਂ ਕਿ ਇੱਥੇ ਮੁਸਲਿਮ ਭਾਈਚਾਰੇ ਦੇ ਲੋਕ ਆ ਕੇ ਆਪਣੀ ਪ੍ਰੇਅਰ ਕਰ ਸਕਣ ਜਾਂ ਆਪਣੀ ਨਮਾਜ਼ ਅਦਾ ਕਰ ਸਕਣ ਹੁਣ ਤੁਸੀਂ ਦੇਖੋ ਬੂਟਾ ਸਿੰਘ ਨੇ ਉੱਥੋਂ ਦੇ ਸਰਪੰਚ ਉਹਨਾਂ ਨੇ ਬਲਕਿ ਇੱਥੋਂ ਤੱਕ ਵੀ ਦੱਸਿਆ ਕਹਿੰਦੇ ਇੱਥੇ ਤਾਂ ਜ਼ਿਆਦਾਤਰ ਜਿਹੜੇ ਮੁਸਲਿਮ ਪਰਿਵਾਰ ਸੀ ਉਹ ਪਾਕਿਸਤਾਨ ਚਲੇ ਗਏ ਸੀ ਕੇਵਲ ਤੇ ਕੇਵਲ 4 ਫੈਮਲੀਆਂ ਰਹਿ ਗਈਆਂ ਸੀ 4 ਪਰਿਵਾਰ ਰਹਿ ਗਏ ਸੀ ਪਰ ਅਸੀਂ ਇਹਨਾਂ ਨੂੰ ਵੀ ਚਾਹੁੰਦੇ ਸੀ ਕਿ ਇਹਨਾਂ ਦਾ ਆਪਣਾ ਇੱਕ ਨਮਾਜ਼ ਦਾ ਸਥਾਨ ਹੋਵੇ ਹਾਲਾਂਕਿ ਗੁਰਦੁਆਰੇ ਦੇ ਵਿੱਚ ਪੀਰ ਦੀ ਇੱਕ ਮਜ਼ਾਰ ਸੀ ਉਹਨੂੰ ਮੇਨਟੇਨ ਕੀਤਾ ਜਾਂਦਾ ਸੀ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਦਾ ਕਿ ਜਦੋਂ ਸਾਡੀ ਆਜ਼ਾਦੀ ਹੁੰਦੀ ਆ 1947 ਦੇ ਵਿੱਚ ਪੰਜਾਬ ਦੇ ਵਿੱਚ ਮੁਸਲਿਮ ਭਾਈਚਾਰੇ ਦੀ ਗਿਣਤੀ ਉਸ ਵਕਤ ਜਿਹੜੀ ਟੋਟਲ ਕੁੱਲ ਪੋਪੂਲੇਸ਼ਨ ਸੀ ਕੁੱਲ ਆਬਾਦੀ ਸੀ ਉਹਦੀ 40% ਸੀ ਯਾਨੀ ਕਿ ਇੰਨੀ ਤਦਾਦ ਦੇ ਵਿੱਚ ਮੁਸਲਿਮ ਭਾਈਚਾਰਾ ਰਹਿੰਦਾ ਸੀ ਪਰ ਉਹ ਚਲਾ ਗਿਆ ਇੱਥੋਂ ਛੱਡ ਕੇ ਔਰ ਅੱਜ ਕੱਲ੍ਹ ਜੇ ਤੁਸੀਂ ਦੇਖੋ ਪੰਜਾਬ ਦੇ ਵਿੱਚ ਮੁਸਲਿਮ ਭਾਈਚਾਰੇ ਦੀ ਕੁੱਲ ਆਬਾਦੀ ਕੇਵਲ 1.93% ਦਾ 2% ਵੀ ਉਹ ਨਹੀਂ ਆ ਤੇ ਇਸੇ ਕਰਕੇ ਜੋ ਇਹ ਧਰਮ ਸਿਖਾਉਂਦੇ ਨੇ ਵੱਖਰੇ ਵੱਖਰੇ ਇੱਕ ਦੂਸਰੇ ਨੂੰ ਕਿ ਇੱਕ ਦੂਸਰੇ ਦੇ ਧਰਮਾਂ ਦੀ ਕਦਰ ਕਰਨੀ ਸਿੱਖੋ ਇਹਨਾਂ ਦਾ ਸਨਮਾਨ ਕਰਨਾ ਸਿੱਖੋ ਤੇ ਇਸ ਗੱਲ ਤੋਂ ਸਾਨੂੰ ਪਤਾ ਲੱਗਦਾ ਕਿ ਕਿਸ ਤਰ੍ਹਾਂ ਅੱਜ ਵੀ ਲੋਕ ਪੋਲੀਟਿਕਲ ਪਾਰਟੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਆਪਸ ਦੇ ਵਿੱਚ ਸਾਨੂੰ ਲੜਾਉਂਦੀਆਂ ਨੇ ਉਹਨਾਂ ਦੀਆਂ ਗੱਲਾਂ 'ਚ ਨਹੀਂ ਆਉਂਦੇ 160 ਦੇ ਕਰੀਬ ਇਸ ਤਰ੍ਹਾਂ ਦੇ ਇਨਸੀਡੈਂਟ ਨੇ ਤੇ ਮੈਂ ਇਹਨਾਂ ਚੋਂ ਜਿਹੜੇ ਕਈ ਹੋਰ ਇਨਸੀਡੈਂਟਸ ਆ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜਾ ਚੰਗਾ ਸੁਨੇਹਾ ਦਿੰਦੀਆਂ ਨੇ ਚੰਗਾ ਸੰਦੇਸ਼ ਦਿੰਦੀਆਂ ਨੇ ਉਹ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰੂੰਗਾ ਅਮਨਦੀਪ ਸਿੰਘ 46 ਕਵਰਿਆਂ ਦੇ ਇੱਕ ਕਿਸਾਨ ਨੇ ਇਹਨਾਂ ਨੇ ਤੁਸੀਂ ਦੇਖੋ ਮਸਜਿਦ ਬਣਾਉਣ ਲਈ ਮਸਜਿਦ ਬਣਾਉਣ ਲਈ ਔਰ ਇਹ ਗੱਲ ਵੀ ਮੈਂ ਬਰਨਾਲੇ ਜ਼ਿਲ੍ਹੇ ਦੀ ਕਰ ਰਿਹਾ ਉੱਥੋਂ ਦਾ ਪਿੰਡ ਆ ਬਖਤਗੜ ਇਤੋਂ ਦੇ ਕਿਸਾਨ ਆ ਤੇ ਇਹਨਾਂ ਨੇ ਆਪਣੀ 250 ਗਜ਼ ਜ਼ਮੀਨ ਮੁਸਲਿਮ ਭਾਈਚਾਰੇ ਨੂੰ ਦੇ ਦਿੱਤੀ ਕਹਿੰਦੇ ਤੁਸੀਂ ਇੱਥੇ ਮਸਜਿਦ ਬਣਾ ਲਓ ਤੁਸੀਂ ਇੰਨੀ-ਇੰਨੀ ਦੂਰ ਜਾਣੇ ਹੋ ਨਮਾਜ਼ ਪੜਨ ਲਈ ਇੱਥੇ ਆਜੋ ਤੁਹਾਡੇ ਪਿੰਡ 'ਚ ਤੁਹਾਨੂੰ ਜਗ੍ਹਾ ਦੇ ਦਿੰਦੇ ਆ ਤੇ ਇਹ ਕਹਿੰਦੇ ਮੇਰਾ ਮੁੰਡਾ ਕੈਨੇਡਾ ਪੈਸੇ ਮੈਨੂੰ ਆ ਜਾਂਦੇ ਆ ਬਥੇਰੀ ਮੇਰੇ ਕੋਲ ਜ਼ਮੀਨ ਜਾਇਦਾਦ ਆ ਇਸ ਕਰਕੇ ਕਹਿੰਦੇ ਮੈਂ ਇਹਨਾਂ ਨੂੰ ਜ਼ਮੀਨ ਦੇਤੀ ਹੁਣ ਤੁਸੀਂ ਇਹ ਦੇਖੋ ਅੱਜ ਕੱਲ੍ਹ ਦੇ ਦੌਰ ਦੇ ਵਿੱਚ 1 ਇੰਚ ਨਹੀਂ ਕੋਈ ਜ਼ਮੀਨ ਦਿੰਦਾ ਇਸ ਵਿਅਕਤੀ ਨੇ ਅਮਨਦੀਪ ਸਿੰਘ ਨੇ ਦੇਤੀ 250 ਗਜ਼ ਆਪਣੀ ਜ਼ਮੀਨ ਔਰ ਉੱਥੇ ਇੱਕ ਬਿਹਾਰ ਤੋਂ ਮੌਲਵੀ ਆ ਉਹ ਕਹਿੰਦਾ ਪੰਜਾਬ ਦੇ ਵਿੱਚ ਇਸ ਤੋਂ ਵੱਧ ਮੈਂ ਕਦੇ ਸੁਰੱਖਿਤ ਮਹਿਸੂਸ ਕੀਤਾ ਨਹੀਂ ਆਪਣੇ ਲੋਕਾਂ ਦੇ ਵਿੱਚ ਅੱਗੇ ਆਜੋ ਇੱਕ ਪਿੰਡ ਹੋਰ ਆ ਉੱਥੇ ਇਹ ਵੀ ਬਰਨਾਲੇ ਦਾ ਪਿੰਡ ਆ ਇਹ ਸਾਰੀਆਂ ਐਗਜ਼ੈਪਲਸ ਜਾਂ ਉਦਾਹਰਨਾਂ ਪੰਜਾਬ ਤੋਂ ਹੀ ਆ ਰਹੀਆਂ ਮੂਮ ਨਾਮ ਦਾ ਪਿੰਡ ਆ ਔਰ ਇਹਦੇ ਵਿੱਚ ਪੰਡਤਾ ਦੇ ਪਰਿਵਾਰਾਂ ਨੇ ਹੁਣ ਤੁਸੀਂ ਇਹ ਧਿਆਨ ਨਾਲ ਦੇਖਿਆ ਕਰੋ ਕਿ ਕਿਹੜਾ ਭਾਈਚਾਰਾ ਕੀ ਨੂੰ ਮਦਦ ਕਰ ਰਿਆ ਉਹਨਾਂ ਨੇ ਇੱਕ ਅਮਨ ਮਸਜਿਦ ਆ ਉਹਦਾ ਨਾਮ ਉਹ ਮਸਜਿਦ ਲਈ ਵੀ ਇਹਨਾਂ ਨੇ ਜ਼ਮੀਨ ਦਿੱਤੀ ਔਰ ਉਸ ਤੋਂ ਬਾਅਦ ਇਹ ਸਨ 2017 ਦੀ ਗੱਲ ਆ 12 ਲੱਖ ਰੁਪਇਆ ਸਾਰੇ ਭਾਈਚਾਰਿਆਂ ਨੇ ਇਕੱਠੇ ਕਰਕੇ ਇਹਨਾਂ ਮੁਸਲਿਮ ਪਰਿਵਾਰਾਂ ਨੂੰ ਦਿੱਤਾ ਔਰ ਤਾਂ ਕਿ ਇਹ ਆਪਣੀ ਇੱਥੇ ਮਸਜਿਦ ਖੜੀ ਕਰ ਸਕਣ ਆਪਣੀ ਇੱਕ ਪ੍ਰੇਅਰ ਵਾਲੀ ਥਾਂ ਇੱਥੇ ਬਣਾ ਸਕਣ ਸਨ 2020 ਦੇ ਵਿੱਚ ਇਹ ਮਸਜਿਦ ਮਕਮਲ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਲਗਾਤਾਰ ਇਹ ਸਾਰਾ ਸਿਲਸਲਾ ਉੱਥੇ ਚੱਲ ਰਿਹਾ ਇੱਥੇ ਮੈਨੂੰ ਇਹ ਵੀ ਪਤਾ ਲੱਗਾ ਕਿ ਇੱਥੇ ਮੁਸਲਿਮ ਭਾਈਚਾਰੇ ਨੇ ਮਿਲ ਕੇ ਇੱਕ ਸ਼ਿਵ ਮੰਦਿਰ ਵੀ ਉਸਾਰਿਆ ਸ਼ਿਵ ਮੰਦਿਰ ਲਈ ਇਹਨਾਂ ਨੇ ਆਪ ਪੈਸੇ ਦਿੱਤੇ ਤਾਂ ਕਿ ਜਿਹੜਾ Hindu ਭਾਈਚਾਰਾ ਉੱਥੇ ਜਾ ਕੇ ਪ੍ਰੇਅਰ ਕਰ ਸਕੇ ਜਾਂ ਪੂਜਾ ਕਰ ਸਕੇ ਇਸੇ ਤਰ੍ਹਾਂ ਇੱਕ ਹੋਰ ਇੱਥੇ ਇਸੇ ਪਿੰਡ ਦੇ ਵਿੱਚ ਇੱਕ ਹੋਰ ਉਦਾਹਰਨ ਆਈ ਆ ਉਥੋਂ ਦੇ ਇੱਕ ਸਿੱਖ ਪਰਿਵਾਰ ਨੇ ਸ਼ਿਵ ਪਾਰਵਤੀ ਦੀਆਂ ਮੂਰਤੀਆਂ ਬਣਵਾਤੀਆਂ ਉਹਨਾਂ ਦਾ ਬੁੱਤ ਬਣਵਾਤੇ ਉਹਨਾਂ ਦੇ ਉਹ ਵੀ ਇਹਨਾਂ ਨੇ ਇਸ Hindu ਭਾਈਚਾਰੇ ਨੂੰ ਡੈਡੀਕੇਟ ਕਰਤੇ ਯਾਨੀ ਕਿ ਉਹਨਾਂ ਨੂੰ ਦੇਤੇ ਤਾਂ ਕਿ ਉਹਨਾਂ ਦੀ ਉੱਥੇ ਪੂਜਾ ਹੋ ਸਕੇ ਇਸੇ ਤਰ੍ਹਾਂ ਇਹਨਾਂ ਘਰਾਂ ਤੋਂ ਇਹ ਵੀ ਪਤਾ ਲੱਗਾ ਕਿ ਚਾਹੇ ਉੱਥੇ ਹੋਵੇ ਈਦ ਤੇ ਚਾਹੇ ਹੋਵੇ ਉੱਥੇ ਸ਼ਿਵਰਾਤਰੀ ਤੇ ਚਾਹੇ ਹੋਵੇ ਉੱਥੇ ਗੁਰਪੁਰਬ ਇਹਨਾਂ ਸਾਰੇ ਪਿੱਡਾਂ 'ਚੋਂ ਇੱਕ ਹੀ ਗੱਲ ਉੱਭਰ ਕੇ ਆਉਂਦੀ ਆ ਕਿ ਕਿਸ ਤਰ੍ਹਾਂ ਰਲ ਮਿਲ ਕੇ ਇਹ ਸਾਰੇ ਆਪਣੇ ਤਿਉਹਾਰ ਮਨਾਉਂਦੇ ਆ ਤੇ ਜਿਹੜੇ ਅਸੀਂ ਅੱਜ ਕੱਲ ਇੱਕ ਦੂਸਰੇ ਦੇ ਮਨਾਂ ਦੇ ਵਿੱਚ ਜ਼ਹਿਰ ਦੇਖ ਰਹੇ ਆ ਤੁਸੀਂ ਕਿਸੇ WhatsApp ਗਰੁੱਪ ਤੇ ਦੇਖ ਲਓ ਤੁਸੀਂ ਕਿਤੇ ਚਾਰ ਲੋਕਾਂ ਨੂੰ ਬੈਠੇ ਹੋਏ ਦੇਖ ਲਓ ਕਿਤੇ ਵੀ ਕੋਈ ਗੱਲ ਤੁਸੀਂ ਪੋਲਿਟੀਕਲ ਖੁੱਲੇ ਮਨ ਨਾਲ ਕਰ ਨਹੀਂ ਸਕਦੇ ਆਪਣੇ ਵਿਚਾਰ ਵਿਅਕਤ ਨਹੀਂ ਕਰ ਸਕਦੇ ਤੁਹਾਨੂੰ ਇਹ ਲੱਗਦਾ ਕਿ ਕਿਸੇ ਦੂਸਰੇ ਵਿਅਕਤੀ ਨੂੰ ਗੁੱਸਾ ਨਾ ਆ ਜੇ ਕੀ ਅਸੀਂ ਇੰਨੇ ਇਮੇਚੁਰ ਹੋ ਗਏ ਆ ਕੀ ਅਸੀਂ ਇੰਨੇ ਸੰਘਦਿਲ ਹੋ ਗਏ ਆ ਜਾਂ ਇੰਨੇ ਇਨਸੈਂਸਟਿਵ ਹੋ ਗਏ ਆ ਅਸੀਂ ਉਹੀ ਲੋਕ ਆ ਜਿਹਦੇ ਇੱਕ ਦੂਸਰੇ ਦੇ ਧਰਮਾਂ ਦੇ ਕਿਸੇ ਟਾਈਮ ਤੇ ਜੋਕ ਵੀ ਸੁਣਾ ਦਿੰਦੇ ਸੀ ਤਾਂ ਵੀ ਸਾਨੂੰ ਪਰਵਾਹ ਨਹੀਂ ਸੀ ਕਿ ਸਾਨੂੰ ਇਹ ਲੱਗਦਾ ਸੀ ਕਿ ਸਾਰੇ ਤਾਂ ਅਸੀਂ ਇੱਕੋ ਹੀ ਆ ਫੇਰ ਕੀ ਹੋਇਆ ਤੇ ਅੱਜ ਕੱਲ ਇੱਕ ਦੂਸਰੇ ਦੀ ਗੱਲ ਨਹੀਂ ਬਰਦਾਸ਼ਤ ਕਰਦੇ ਮੈਂ ਬਲਕਿ ਕਈ WhatsApp ਗਰੁੱਪ ਇਸ ਤਰ੍ਹਾਂ ਦੇ ਦੇਖੇ ਆ ਜਿਨ੍ਹਾਂ ਦੇ ਵਿੱਚ ਇਹ ਕਹਿ ਜਾਂਦਾ ਕਿ ਇਹਦੇ ਵਿੱਚ ਆਪਣੇ ਪੋਲੀਟਿਕਲ ਜਾਂ ਸਿਆਸੀ ਵਿਚਾਰ ਪੇਸ਼ ਨਾ ਕਰੋ ਕਿਉਂ ਨਾ ਕਰੋ ਕੀ ਤੁਸੀਂ ਇੰਨੇ ਇਮੈਚਿਊਰ ਹੋ ਜਾਂ ਇੰਨੇ ਤੁਸੀਂ ਲਾਇਕ ਹੀ ਨਹੀਂ ਆ ਕਿ ਇੱਕ ਦੂਸਰੇ ਦੇ ਜੇ ਵਿਚਾਰ ਵਿਰੋਧੀ ਆ ਵੀ ਜਾਂਦੇ ਤੇ ਤੁਸੀਂ ਉਹਨਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਖੈਰ ਅੱਗੇ ਚੱਲਦੇ ਹਾਂ ਇਸੇ ਤਰ੍ਹਾਂ ਜੂਨ ਸਨ 2021 ਦੇ ਵਿੱਚ ਮਲੇਰ ਕੋਟਲੇ ਦੇ ਇੱਕ ਪਿੰਡ ਜੀਤਵਾਲ ਕਲਾਂ ਇੱਥੇ ਜੀਤਵਾਲ ਕਲਾਂ ਚ ਇੱਕ ਸਿੱਖ ਵਿਅਕਤੀ ਨੇ ਆਪਣੀ ਜੱਦੀ ਜ਼ਮੀਨ ਸੱਤ ਮੁਸਲਮਾਨ ਪਰਿਵਾਰਾਂ ਨੂੰ ਮਸਜਿਦ ਬਣਾਉਣ ਲਈ ਦਾਨ ਕਰਤੀ ਸੀ ਤੁਸੀਂ ਇਹ ਵੀ ਗੱਲ ਦੇਖੋ ਇਸੇ ਸਾਲ ਇੱਕ ਹੋਰ ਤੁਹਾਨੂੰ ਉਦਾਹਰਣ ਦੇਣਾ ਮੋਗੇ ਨੇੜੇ ਇੱਕ ਪਿੰਡ ਆ ਪਲੂਰ ਪਲੂਰ ਦੇ ਵਿੱਚ ਸਿੱਖਾਂ ਨੇ ਗੁਰਦੁਆਰਾ ਦੇ ਦਰਵਾਜ਼ੇ ਉਸ ਵਕਤ ਖੋਲਤੇ ਜਦੋਂ ਮੁਸਲਮਾਨ ਭਾਈਚਾਰਾ ਆਪਣੀ ਹਜੇ ਮਸੀਤ ਬਣਾ ਰਿਹਾ ਸੀ ਮਸਜਿਦ ਬਣਾ ਰਿਹਾ ਸੀ ਉਹਨਾਂ ਨੂੰ ਲੱਗਦਾ ਸੀ ਕਿ ਲੰਗਰ ਕਿੱਥੇ ਕਰਨਗੇ ਰੋਟੀ ਪਾਣੀ ਕਿੱਥੇ ਕਰਨਗੇ ਇਹ ਹੁੰਦਾ ਭਾਈਚਾਰਾ ਤੇ ਨਵੰਬਰ ਸਨ 2021 ਦੇ ਵਿੱਚ ਗੁਰੂਗ੍ਰਾਮ ਚ ਸਿੱਖਾਂ ਨੇ ਮੁਸਲਮਾਨਾਂ ਨੂੰ ਨਮਾਜ਼ ਪੜ੍ਹਨ ਲਈ ਗੁਰਦੁਆਰੇ ਦਾ ਥਾਂ ਮੁਹੱਈਆ ਕਰਵਾਇਆ ਸੀ ਹਰਿਆਣੇ ਦੇ ਵਿੱਚ ਤੁਸੀਂ ਯਾਦ ਕਰੋ ਕਿਸ ਤਰ੍ਹਾਂ ਉੱਥੋਂ ਦੀਆਂ ਸਰਕਾਰਾਂ ਜਦੋਂ ਮੁਸਲਿਮ ਭਾਈਚਾਰੇ ਦੇ ਲੋਕ ਨਮਾਜ਼ ਪੜ੍ਹਦੇ ਸੀ ਖਾਲੀ ਥਾਂ ਤੇ ਖੁੱਲੀ ਥਾਂ ਤੇ ਓਪਨ ਸਪੇਸ ਦੇ ਵਿੱਚ ਤੇ ਉਹਨਾਂ ਨੂੰ ਨਮਾਜ਼ ਨਹੀਂ ਸੀ ਅਦਾ ਕਰਨ ਦਿੱਤੀ ਜਾ ਰਹੀ ਆ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਕਿ ਸਬ ਇਨਸਪੈਕਟਰ ਕਿਸ ਤਰ੍ਹਾਂ ਨਮਾਜ਼ ਕਰਨ ਵਾਲਿਆਂ ਨੂੰ ਲੱਤਾਂ ਮਾਰ ਰਿਹਾ ਸੀ ਬਾਅਦ ਦੇ ਵਿੱਚ ਖੈਰ ਉਹਨੂੰ ਸਸਪੈਂਡ ਕਰਤਾ ਪਰ ਇਹ ਕਾਰਨ ਇਸ ਕਰਕੇ ਹੋਇਆ ਇਸ ਸਬ ਇਨਸਪੈਕਟਰ ਦਾ ਹੌਸਲਾ ਇਸ ਕਰਕੇ ਵਧਿਆ ਕਿਉਂਕਿ ਜਿਹੜੀ ਨਫ਼ਰਤ ਅਸੀਂ ਲੈ ਕੇ ਆ ਰਹੇ ਹਾਂ ਬਾਰ-ਬਾਰ ਇਹ ਪੋਲਿਟੀਕਲ ਪਾਰਟੀਆਂ ਇਹਨਾਂ ਦੇ ਅੰਦਰ ਨਫ਼ਰਤ ਭਰ ਰਹੀ ਹੈ ਇਹ ਉਸ ਦਾ ਨਤੀਜਾ ਵੈਸੇ ਮੈਂ ਥੋੜਾ ਜਿਹਾ ਅੱਜ ਇਤਿਹਾਸ ਵੀ ਦੱਸਦਾ ਕਿਉਂਕਿ ਮੌਕਾ ਮਿਲਿਆ ਬਾਰ-ਬਾਰ ਮੌਕਾ ਮਿਲਦਾ ਨਹੀਂ ਅਕਸਰ ਔਰੰਗਜ਼ੇਬ ਬਾਰੇ ਬੜੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਔਰੰਗਜ਼ੇਬ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਵੀ ਹੋ ਸਕਦੀਆਂ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਕਿਉਂਕਿ ਸਨ 1618 ਤੋਂ ਲੈ ਕੇ 1707 ਈਸਵੀ ਤੱਕ ਇਸ ਸ਼ਤਾਬਦੀ ਦੌਰਾਨ ਉਹ ਇੱਥੇ ਮੁਗਲ ਸ਼ਾਸਕ ਜਾਂ ਕਹਿਣੋ ਕਿ ਮੁਸਲਮ ਰੂਲਰ ਰਿਆ ਤੇ ਕਿਹਾ ਜਾਂਦਾ ਕਿ ਇਹਨੇ ਮੰਦਰ ਬੜੇ ਤੋੜੇ ਇਹਦੇ ਵਿੱਚ ਕੋਈ ਦਰਵਾ ਨਹੀਂ ਕਿ ਇਹਨੇ ਤੋੜੇ ਵੀ ਆ ਪਰ ਇਸ ਦੀ ਸ਼ਖਸੀਅਤ ਦਾ ਇੱਕ ਦੂਸਰਾ ਰੂਪ ਵੀ ਆ ਜਿੱਥੇ ਇਹਨੇ ਇਸ ਤਰ੍ਹਾਂ ਦਾ ਕੰਮ ਕੀਤਾ ਇਹਨੇ ਧਾਨ ਵੀ ਬੜੇ ਕੀਤੇ ਤੇ ਮੈਂ ਤੁਹਾਨੂੰ ਥੋੜੀਆਂ ਐਗਜ਼ਾਮਪਲਸ ਜ਼ਰੂਰ ਦੇਣਾ ਚਾਹਣਾ ਹੁਣ ਤੁਸੀਂ ਦੇਖੋ ਕਾਸ਼ੀ ਦੇ ਵਿੱਚ ਭਗਵਾਨ ਵਿਸ਼ਵਨਾਥ ਦਾ ਮੰਦਿਰ ਆ ਉਹ ਇਸ ਔਰੰਗਜ਼ੇਬ ਨੇ ਤੜਵਾਇਆ ਇਸ ਕਰਕੇ ਇਹਦੀ ਅਲੋਚਨਾ ਵੀ ਹੋਈ ਇਹ ਗੱਲ ਸਾਰਿਆਂ ਨੂੰ ਬੁਰੀ ਵੀ ਲੱਗੀ ਪਰ ਇਸ ਤੋਂ ਇਲਾਵਾ ਅਸਾਮ ਦੇ ਵਿੱਚ ਗੁਹਾਟੀ ਗੁਹਾਟੀ ਦੇ ਵਿੱਚ ਕਮੱਖਿਆ ਦੇਵੀ ਦਾ ਇੱਕ ਬਹੁਤ ਵੱਡਾ ਮੰਦਿਰ ਆ ਉਹਦੀ ਬੜੀ ਮਾਨਤਾ ਇਸ ਔਰੰਗਜ਼ੇਬ ਨੇ ਇਸ ਮੰਦਿਰ ਨੂੰ ਬੜੇ ਵੱਡੇ ਵੱਡੇ ਦਾਨ ਵੀ ਦਿੱਤੇ ਤੇ ਤੁਸੀਂ ਇਹ ਸਾਰਾ ਕੁਝ ਹਿਸਟਰੀ ਦੇ ਵਿੱਚ ਪੜ੍ਹ ਵੀ ਸਕਦੇ ਹੋ ਅੱਗੇ ਆਜੋ ਓਡੀਸਾ ਚਲਦੇ ਆ ਉਜੈਨ ਦਾ ਮੰਦਿਰ ਆ ਮਹਾਕਾਲ ਦਾ ਮੰਦਿਰ ਆ ਔਰ ਇੱਥੇ ਵੀ ਇਸ ਰਾਜੇ ਨੇ ਮੁਗਲ ਸ਼ਾਸਕ ਨੇ ਇਸ ਨੇ ਇਸ ਮਹਾਕਾਲ ਦੇ ਮੰਦਿਰ ਨੂੰ ਵੀ ਖੁੱਲ ਕੇ দান ਕੀਤੇ ਇਹ ਵੀ ਸਾਰਾ ਕੁਝ ਹਿਸਟਰੀ ਦੇ ਵਿੱਚ ਆ ਅੱਗੇ ਆਜੋ ਵ੍ਰਿੰਦਾਵਨ ਉੱਤਰ ਪ੍ਰਦੇਸ਼ ਦੇ ਵਿੱਚ ਆ ਤੇ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਇਹ ਮੰਦਿਰ ਆ ਇਸ ਮੰਦਿਰ ਨੂੰ ਵੀ ਇਸੇ ਔਰੰਗਜ਼ੇਬ ਨੇ দান ਦਿੱਤੇ ਤੇ ਹੁਣ ਤੁਹਾਨੂੰ ਮੈਂ ਇੱਕ ਹੋਰ ਐਗਜ਼ਾਮਪਲ ਦਊਂਗਾ ਤੇ ਤੁਸੀਂ ਸਮਝਿਓ ਕਿ ਇਹ ਜਿਹੜੇ ਰਾਜੇ ਆ ਇਨਾ ਦਾ ਕੋਈ ਧਰਮ ਹੁੰਦਾ ਜਾਂ ਕੇਵਲ ਇਨਾ ਰਾਜਿਆਂ ਦਾ ਇਹੀ ਮਕਸਦ ਹੁੰਦਾ ਕਿ ਆਪਣੇ ਰਾਜ ਦਾ ਵਿਸਤਾਰ ਕਿਸ ਤਰ੍ਹਾਂ ਕਰਨਾ ਗੋਲਕੁੰਡਾ ਗੋਲਕੁੰਡਾ ਹైదరాబాద్ ਦੇ ਵਿੱਚ ਆ ਤੇ ਹైదరాబాద్ ਅੱਜ ਕੱਲ ਤਿਲੰਗਾਨਾ ਦੀ ਕੈਪੀਟਲ ਆ ਉੱਥੋਂ ਦੀ ਰਾਜਧਾਨੀ ਆ ਔਰ ਮੈਂ ਗੱਲ ਕਰ ਰਿਹਾ ਸੋਲੀਵੀਂ ਸਤਾਪਦੀ ਦੀ ਤੁਸੀਂ ਦੇਖੋ ਉਹਨਾਂ ਦਿਨਾਂ ਦੇ ਵਿੱਚ ਉਸ ਟਾਈਮ ਗੋਲਕੁੰਡਾ ਗੋਲਕੁੰਡਾ ਦਾ ਨਵਾਬ ਸੀ ਤੇ ਕਾਫੀ ਦੇਰ ਤੱਕ ਔਰੰਗਜ਼ੇਬ ਨੂੰ ਟੈਕਸ ਨਹੀਂ ਆਇਆ ਉਹਨਾਂ ਦਿਨਾਂ ਦੇ ਵਿੱਚ ਜਜ਼ੀਆ ਲੱਗਦਾ ਹੁੰਦਾ ਸੀ ਜਾਂ ਲਗਾਨ ਲੱਗਦਾ ਹੁੰਦਾ ਸੀ ਤੁਸੀਂ ਯਾਦ ਕਰੋ ਲਗਾਨ ਨੇ ਜਦੋਂ ਆਇਆ ਤਾਂ ਔਰੰਗਜ਼ੇਬ ਨੇ ਆਪਣੇ ਨਵਾਬ ਨੂੰ ਪੁੱਛਿਆ ਕਿ ਲਗਾਨ ਕਿਉਂ ਨਹੀਂ ਆ ਰਿਹਾ ਉਹਨੇ ਦੱਸਿਆ ਕਹਿੰਦਾ ਜੀ ਦੇਖੋ ਫਸਲਾਂ ਨਹੀਂ ਹੋਈਆਂ ਕਿਸਾਨ ਲਗਾਨ ਦੇ ਨਹੀਂ ਰਹੇ ਤੇ ਮੇਰੇ ਕੋਲ ਕੁਝ ਹੈ ਨਹੀਂ ਤੇ ਮੈਂ ਤੁਹਾਨੂੰ ਕੀ ਦਵਾਂ ਏਸੇ ਔਰੰਗਜ਼ੇਬ ਨੇ ਆਪਣੇ ਕੁਝ ਜਸੂਸ ਭੇਜਤੇ ਕੁਝ ਖੁਫੀਆ ਬੰਦੇ ਭੇਜਤੇ ਕਿ ਜਾ ਕੇ ਪਤਾ ਕਰੋ ਕਿ ਲਗਾਨ 2 ਸਾਲ ਹੋ ਗਏ ਆਇਆ ਕਿਉਂ ਨਹੀਂ ਤੇ ਉਹਨਾਂ ਨੇ ਆ ਕੇ ਇਸ ਰਾਜੇ ਨੂੰ ਖਬਰ ਇਹ ਦਿੱਤੀ ਕਹਿੰਦੇ ਜੀ ਦਰਅਸਲ ਉਥੇ ਇੱਕ ਮਸੀਹ ਤਾਂ ਮਸਜਿਦ ਆ ਇਹਨੇ ਸਾਰੇ ਦਾ ਸਾਰਾ ਨਵਾਬ ਨੇ ਧਨ ਉਹਦੇ ਥੱਲੇ ਦੱਬਿਆ ਹੋਇਆ ਤੇ ਫਿਰ ਕੀ ਹੋ ਗਿਆ ਉਹ ਕਹਿੰਦੇ ਕੋਈ ਗੱਲ ਨਹੀਂ ਜਾ ਕੇ ਇਸ ਵਿਅਕਤੀ ਨੇ ਉਹ ਮਸਜਿਦ ਤੋੜਾਤੀ ਤੇ ਉਥੋਂ ਸਾਰਾ ਖਜ਼ਾਨਾ ਚੁੱਕ ਲਿਆਂਦਾ ਤੇ ਹੁਣ ਤੁਸੀਂ ਦੱਸੋ ਕਿ ਔਰੰਗਜ਼ੇਬ ਜਿਹੜਾ ਖੁਦ ਇੱਕ ਮੁਸਲਮ ਸੀ ਉਹ ਇੱਕ ਮਸਜਿਦ ਇਸ ਕਰਕੇ ਤੋੜਾ ਰਿਹਾ ਕਿਉਂਕਿ ਇਹਨੂੰ ਪੈਸਾ ਚਾਹੀਦਾ ਸੋ ਰਾਜਿਆਂ ਦੇ ਵਿੱਚ ਜਾਂ ਜਿਹੜੇ ਸੱਤਾਧਾਰੀ ਹੁੰਦੇ ਆ ਇਹਨਾਂ ਨੇ ਧਰਮ ਨਾਲ ਕੁਝ ਨਹੀਂ ਲੈਣਾ ਹੁੰਦਾ ਇਹਨਾਂ ਨੇ ਕੇਵਲ ਤੇ ਕੇਵਲ ਆਪਣੀ ਸੱਤਾ ਸਥਾਪਿਤ ਕਰਨੀ ਆ ਜਾਂ ਸੱਤਾ ਦਾ ਵਿਸਤਾਰ ਕਰਨਾ ਇੱਕ ਇਕਜ਼ਾਮਪਲ ਮੈਂ ਤੁਹਾਨੂੰ ਹੋਰ ਦੇਣਾ ਚਾਹੁੰਦਾ ਇਹ ਆਪਣੇ ਆਪ ਦੇ ਵਿੱਚ ਬੜੀ ਵਿਲੱਖਣ ਇਕਜ਼ਾਮਪਲ ਆ ਔਰ ਇਹ ਵੀ ਹਿਸਟਰੀ ਤੋਂ ਆਉਂਦੀ ਆ ਬਾਬਰ ਬਾਬਰ ਦਾ ਮੁੰਡਾ ਸੀ ਹਮਾਇਉਦ ਬਾਬਰ ਦੀ ਇੱਕ ਵਸੀਅਤ ਆ ਜਿਹੜੀ ਅੱਜ ਵੀ ਦਿੱਲੀ ਦੇ ਨੈਸ਼ਨਲ ਮਿਊਜ਼ੀਅਮ ਦੇ ਵਿੱਚ ਪਈ ਆ ਤੇ ਤੁਸੀਂ ਜਾ ਕੇ ਇਹ ਵਸੀਅਤ ਪੜ੍ਹ ਸਕਦੇ ਹੋ ਬੜੀ ਕਮਾਲ ਦੀ ਗੱਲ ਲਿਖੀ ਆ ਕਿਉਂਕਿ ਕਈ ਵਾਰੀ WhatsApp ਗਰੁੱਪ ਤੇ ਜਾਂ ਸਾਡੇ ਆਲੇ-ਦੁਆਲੇ ਇੰਨੀਆਂ ਕੁ ਅਫਵਾਹਾਂ ਫਲਾਈਆਂ ਜਾਂਦੀਆਂ ਨੇ ਕਿ ਸਾਨੂੰ ਅਸਲੀ ਫੈਕਟਸ ਕੀ ਆ ਕੀ ਇਸ ਦੇ ਪਿਛਲੇ ਤੱਥ ਨੇ ਸਾਨੂੰ ਪਤਾ ਨਹੀਂ ਚੱਲਦਾ ਹੁਣ ਉਹਨਾਂ ਜਿਹੜੀ ਇਹਦੀ ਵਸੀਅਤ ਆ ਉਹਦੇ ਵਿੱਚ ਇਹਨੇ ਕਿਹਾ ਕੀ ਹੈ ਹਮਾਇੂ ਨੂੰ ਬਲਕਿ ਉਹਨੂੰ ਸਿੱਖਿਆ ਦਿੱਤੀ ਆ ਕਹਿੰਦਾ ਹਮਾਇੂ ਸਾਨੂੰ ਆਪਣੇ ਅੱਲਾ ਦਾ ਬੜਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਕਿ ਸਾਨੂੰ ਇਸ ਦੁਨੀਆ ਤੇ ਰਾਜ ਕਰਨ ਦਾ ਮੌਕਾ ਮਿਲਿਆ ਅਸੀਂ ਰਾਜੇ ਆ ਇਸੇ ਤਰ੍ਹਾਂ ਉਹਨੇ ਕਿਹਾ ਕਿ ਦੇਖੋ ਇਸ ਮੁਲਕ ਦੇ ਵਿੱਚ ਜਿਸ ਮੁਲਕ ਦੇ ਵਿੱਚ ਅਸੀਂ ਆਏ ਆ ਇਹਦੇ ਵਿੱਚ ਹਰ ਧਰਮ ਦੇ ਲੋਕ ਨੇ ਬੜੀ ਤਰ੍ਹਾਂ ਦੇ ਧਰਮ ਨੇ ਬਹੁਤ ਤਰ੍ਹਾਂ ਜਾਤਾਂ ਨੇ ਨਸਲਾਂ ਨੇ ਇਹਨਾਂ ਦਾ ਇੱਕ ਤਾਂ ਤੂੰ ਸਤਕਾਰ ਕਰੀ ਤੇ ਅਗਲੀ ਗੱਲ ਉਹ ਕਹਿੰਦੇ ਆ ਕਹਿੰਦੇ ਇੱਥੇ ਗਾਂ ਨੂੰ ਗਾ ਨੂੰ ਬੜਾ ਪਵਿੱਤਰ ਮੰਨਿਆ ਜਾਂਦਾ ਇਹ ਬਾਬਰ ਕਹਿ ਰਿਹਾ ਹਮਾਇੂ ਨੂੰ ਜਿਹੜਾ ਉਹਦੀ ਵਸੀਅਤ ਦੇ ਵਿੱਚ ਆ ਗਾਂ ਨੂੰ ਬੜਾ ਪਵਿੱਤਰ ਮੰਨਿਆ ਜਾਂਦਾ ਤੇ ਗਾਂ ਨੂੰ ਤੂੰ ਬਚਾਉਣ ਦੀ ਕੋਸ਼ਿਸ਼ ਕਰਨੀ ਆ ਗਾਂ ਨੂੰ ਨਹੀਂ ਮਾਰਨਾ ਇਹ ਕਦੇ ਗੱਲ ਤੁਹਾਨੂੰ ਪਤਾ ਨਹੀਂ ਕਿਸੇ ਨੇ ਦੱਸੀ ਆ ਕਿੰਨੀ ਦੱਸੀ ਤੇ ਅਗਲੀ ਗੱਲ ਉਹ ਕੀ ਕਹਿੰਦਾ ਬਾਬਰ ਹਮਾਇੂ ਨੂੰ ਆਪਣੀ ਵਿਲ ਦੇ ਵਿੱਚ ਆਪਣੀ ਵਸੀਅਤ ਦੇ ਵਿੱਚ ਇਹ ਵੀ ਲਿਖ ਰਿਹਾ ਕਹਿੰਦੇ ਇੱਥੇ ਹਿੰਦੂ ਮੰਦਰ ਬਹੁਤ ਆ ਤੇ ਹਿੰਦੂ ਲੋਕਾਂ ਦੀ ਇਹਨਾਂ ਮੰਦਰਾਂ ਦੇ ਵਿੱਚ ਬੜੀ ਆਸਥਾ ਤੇ ਇਹਨਾਂ ਮੰਦਰਾਂ ਨੂੰ ਨਹੀਂ ਤੂੰ ਤੜਾਉਣਾ ਬਲਕਿ ਇਹਨਾਂ ਦੀ ਸੁਰੱਖਿਆ ਕਰਨੀ ਆ ਕਹਿਣ ਦਾ ਭਾਵ ਹਾਲਾਂਕਿ ਜਿਹੜਾ ਬਾਬਰ ਆ ਉਹ 1526 ਤੋਂ ਲੈ ਕੇ 1530 ਤੱਕ ਹੀ ਰਿਹਾ ਖੈਰ ਜਿਹੜੀ ਮੈਂ ਤੁਹਾਨੂੰ ਅਸਲੀ ਗੱਲ ਦੱਸਣੀ ਆ ਕਾਰਨ ਇਹ ਆ ਕਿ ਜਿਹੜੇ ਸਾਡੇ ਗਰੁੱਪਸ ਬੜੇ ਹੋਏ ਨੇ WhatsApp ਤੇ ਹੋਣ ਚਾਹੇ ਅਸੀਂ ਸੋਸ਼ਲ ਮੀਡੀਆ ਤੇ ਹੋਣ ਜਿੰਨੀ ਦੇਰ ਤੱਕ ਤੱਥ ਸਾਡੇ ਅੱਗੇ ਨਹੀਂ ਆਉਂਦੇ ਸਾਨੂੰ ਸਹੀ ਪਿਕਚਰ ਮਿਲਦੀ ਨਹੀਂ ਸੋ ਮੈਨੂੰ ਲੱਗਦਾ ਮਲੇਰਕੋਟਲੇ ਵਰਗੀਆਂ ਜਾਂ ਹੋਰ ਪੰਜਾਬ ਦੇ ਪਿੰਡਾਂ ਵਰਗੀਆਂ ਉਦਾਹਰਨਾਂ ਥਾਂ-ਥਾਂ ਤੇ ਦੱਸੀਆਂ ਜਾਣੀਆਂ ਚਾਹੀਦੀਆਂ ਔਰ ਲੋਕਾਂ ਨੂੰ ਬਲਕਿ ਮੈਂ ਕਹੂੰਗਾ ਕਿ ਲੋਕ ਜਿਹੜੇ ਸਿਆਸੀ ਪਾਰਟੀਆਂ ਜਾਂ ਸਾਡੀਆਂ ਸਰਕਾਰਾਂ ਨੇ ਉਹਨਾਂ ਤੋਂ ਕਿਤੇ ਵੱਧ ਸਿਆਣੇ ਨੇ ਉਹਨਾਂ ਨੂੰ ਪਤਾ ਸਰਕਾਰਾਂ ਜਾਂ ਸਿਆਸੀ ਪਾਰਟੀਆਂ ਕਿੰਨੀਆਂ ਵੀ ਲੜਾਉਂਦੀਆਂ ਰਹਿਣ ਪਰ ਰਹਿਣਾ ਤਾਂ ਅਸੀਂ ਸਾਰੇ ਨੇ ਇਕੱਠੇ ਰਲ ਕੇ ਆ ਇਸੇ ਵਿੱਚ ਇਹਨਾਂ ਦੀ ਵੀ ਖੁਸ਼ਹਾਲੀ ਆ ਇਸੇ ਵਿੱਚ ਇਹਨਾਂ ਦੇ ਪਰਿਵਾਰਾਂ ਦੀ ਖੁਸ਼ਹਾਲੀ ਆ ਔਰ ਇਸੇ ਵਿੱਚ ਭਾਰਤ ਮੁਲਕ ਦੀ ਇਹ ਸਮਝੋ ਨਹੀਂ ਤਾਂ ਭਾਰਤ ਅੱਜ ਹਰੇਕ ਚੀਜ਼ ਦੇ ਉੱਤੇ ਇੰਨਾ ਪਿੱਛੇ ਨਾ ਜਾਂਦਾ ਸੰਯੁਕਤ ਕਿਸਾਨ ਮੋਰਚੇ ਨੇ ਪੂਰੇ ਭਾਰਤ ਦੇ ਕਿਸਾਨਾਂ ਨੂੰ ਅੱਜ ਇੱਕ ਸੱਦਾ ਦਿੱਤਾ ਸੀ ਕਿ ਤੁਸੀਂ 14 ਮਾਰਚ ਨੂੰ ਦਿੱਲੀ ਚੱਲਣਾ ਔਰ ਦਿੱਲੀ ਜਾ ਕੇ ਰਾਮਲੀਲਾ ਮੈਦਾਨ ਦੇ ਵਿੱਚ ਇੱਕ ਵੱਡੀ ਮਹਾਪੰਚਾਇਤ ਇਸ ਕਰਕੇ ਕਰਨੀ ਆ ਕਿਉਂਕਿ ਭਾਰਤ ਸਰਕਾਰ ਨੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਸਨ 2021 ਦੇ ਵਿੱਚ ਸਾਨੂੰ ਲਾਰਾ ਲਾ ਕੇ ਸਾਡਾ ਧਰਨਾ ਖਤਮ ਕਰਵਾਤਾ ਕਹਿੰਦੇ ਖੇਤੀ ਕਾਨੂੰਨ ਵਾਪਸ ਲੈ ਲਿਆ ਜਿਹੜੀਆਂ ਤੁਹਾਡੀਆਂ ਹੋਰ ਮੰਗਾਂ ਨੇ ਸਾਨੂੰ ਲਿਖ ਕੇ ਦੇ ਦਿਓ ਅਸੀਂ ਉਹਨਾਂ ਤੇ ਸਾਈਨ ਵੀ ਕਰ ਦਿੰਨੇ ਆ ਇਸ ਤੋਂ ਬਾਅਦ ਸਾਨੂੰ ਘਰੇ ਤੌਰ 'ਤੇ ਪਰ ਅੱਜ ਤੱਕ ਉਹਨਾਂ ਮੰਗਾਂ ਦਾ ਅਸੀਂ ਸਨ 2024 ਮਾਰਚ ਦੇ ਮਹੀਨੇ ਦੇ ਵਿੱਚ ਪਹੁੰਚ ਗਏ ਪਰ ਮੰਗਾਂ ਦਾ ਕੁਝ ਬਣਿਆ ਨਹੀਂ ਇਸ ਕਰਕੇ ਕੇਂਦਰ ਸਰਕਾਰ ਦੇ ਖਿਲਾਫ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਅਸੀਂ ਇਹ ਧਰਨਾ ਪ੍ਰਦਰਸ਼ਨ ਕਰਨਾ ਮਹਾਪੰਚਾਇਤ ਕਰਨੀਆਂ ਤਾਂ ਕਿ ਉਹਨਾਂ ਨੂੰ ਯਾਦ ਕਰਵਾਇਆ ਜਾ ਸਕੇ ਕਿ ਉਹਨਾਂ ਨੇ ਇਹ ਗਰੰਟੀਆਂ ਦਿੱਤੀਆਂ ਸੀ ਅੱਜਕੱਲ ਤੁਸੀਂ ਦੇਖਿਆ ਹੋਣਾ થા થાતે چاہے اخبار ਹੋਣ چاہے ਟੈਲੀਵਿਜ਼ਨ ਹੋਣ چاہے سوشل میڈیا ਹੋਵੇ ਤੇ چاہے ਸੜਕਾਂ ਦੇ ਕਿਨਾਰੇ ਵੱਡੇ ਵੱਡੇ ਬੋਰਡਸ ਲੱਗੇ ਹੋਏ ਨੇ ਕਿ ਭਾਰਤ ਦੇ ਪ੍ਰਧਾਨ ਮੰਤਰੀ ਗਾਰੰਟੀ ਦਿੰਦੇ ਆ ਵੱਖਰੀਆਂ ਵੱਖਰੀਆਂ ਗੱਲਾਂ ਦੀ ਪਰ ਕਹਿੰਦੇ ਸਾਨੂੰ ਜਿਹੜੀ ਗਾਰੰਟੀ ਦਿੱਤੀ ਸੀ ਉਹ ਤਾਂ ਇਹਨਾਂ ਨੇ ਪੂਰੀ ਕੀਤੀ ਨਹੀਂ ਹੁਣ ਤੁਸੀਂ ਦੇਖੋ ਕਿਸੇ ਵਕਤ ਤਾਂ ਇਹ ਲੱਗਦਾ ਸੀ ਕਿ ਸ਼ਾਇਦ ਕਿਸਾਨ ਦਿੱਲੀ ਪਹੁੰਚ ਹੀ ਨਾ ਸਕਣ ਪਰ ਕੀ ਸਾਨੂੰ ਪਤਾ ਇਸ ਗੱਲ ਦਾ ਲੋਕ ਸਭਾ ਦੀਆਂ ਚੋਣਾਂ ਨੇੜੇ ਆ ਤੇ ਜੇ ਇਸ ਵਕਤ ਸੰਯੁਕਤ ਕਿਸਾਨ ਮੋਰਚਾ ਖਾਸ ਤੌਰ ਤੇ ਜਿਨ੍ਹਾਂ ਦੀਆਂ ਇਕਾਈਆਂ ਪੂਰੇ ਭਾਰਤ ਦੇ ਵੱਖਰੇ ਵੱਖਰੇ ਸੂਬਿਆਂ 'ਚ ਆ ਜੇ ਉਹਨਾਂ ਨੂੰ ਨਾ ਕਰ ਦਿੰਦੇ ਤੇ ਹੋ ਸਕਦਾ ਸਿਚੁਏਸ਼ਨ ਹੋਰ ਵੀ ਇਸ ਤੋਂ ਵੱਧ ਖਰਾਬ ਹੋ ਜਾਂਦੀ ਪਰ ਦਿੱਲੀ ਪੁਲਿਸ ਨੇ ਆਖਰਕਾਰ ਕਿਸਾਨਾਂ ਨੂੰ ਜਾਣ ਦਿੱਤਾ ਪਰ ਕੀ ਤੁਹਾਨੂੰ ਪਤਾ ਕਿੰਨੀਆਂ ਕੰਡੀਸ਼ਨਸ ਸਖਤ ਲਾਈਆਂ ਗਈਆਂ ਨੇ ਤੁਸੀਂ ਆ ਨਹੀਂ ਕਰਨਾ ਤੁਸੀਂ ਉਹ ਨਹੀਂ ਕਰਨਾ ਤੁਸੀਂ 5000 ਤੋਂ ਵੱਧ ਨਹੀਂ ਇਕੱਠੇ ਹੋਣਾ ਤੁਸੀਂ ਕੋਈ ਡੰਡਾ ਛੋਟੀ ਨਾਲ ਫੜ ਕੇ ਨਹੀਂ ਲੈ ਕੇ ਜਾਣੀ ਤੁਸੀਂ ਕੋਈ ਟਰੈਕਟਰ ਨਹੀਂ ਲੈ ਕੇ ਆਉਣਾ ਤੁਸੀਂ ਕੋਈ ਟਰਾਲੀ ਨਹੀਂ ਲੈ ਕੇ ਆਉਣੀ ਤੁਸੀਂ ਉੱਥੇ ਪਹੁੰਚ ਕੇ ਰਾਤ ਨਹੀਂ ਰਹਿਣਾ ਤੁਸੀਂ ਰਾਮਲੀਲਾ ਮੈਦਾਨ ਦੇ ਵਿੱਚ ਖਾਣਾ ਨਹੀਂ ਬਣਾਉਣਾ ਤੁਸੀਂ ਦੱਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਲਾ ਕੇ ਘੱਟੋ-ਘੱਟ 22 23 ਇਸ ਤਰ੍ਹਾਂ ਦੀਆਂ ਕੰਡੀਸ਼ਨਸ ਲਾਈਆਂ ਨੇ ਇਸ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਨੇ ਦਿੱਲੀ ਪੁਲਿਸ ਨੇ ਇਹਨਾਂ ਕਿਸਾਨਾਂ ਉੱਤੇ ਕਿਉਂਕਿ ਇਹ ਧਰਨਾ ਪ੍ਰਦਰਸ਼ਨ ਕਰ ਜਾ ਰਹੇ ਆ ਕਾਰਨ ਇਹ ਆ ਕਿ ਇਹਨਾਂ ਨੂੰ ਡਰ ਬਹੁਤ ਲੱਗਦਾ ਦਰ ਇਸ ਕਰਕੇ ਵੀ ਲੱਗ ਰਿਹਾ ਸੀ ਇਹ ਜਿਹੜੀ ਪਰਮਿਸ਼ਨ ਆਈ ਹੈਗਾ ਇਜਾਜ਼ਤ ਦਿੱਤੀ ਹੈ ਕਿਸਾਨਾਂ ਨੂੰ ਉੱਥੇ ਮਹਾਪੰਚਾਇਤ ਕਰਨ ਦੀ ਇਹ ਵੀ ਡਰ ਤੋਂ ਹੀ ਪੈਦਾ ਹੋਈ ਹੈ ਕਿਉਂਕਿ ਲੋਕ ਸਭਾ ਦੀ ਇਹ ਚੋਣਾਂ ਨੇੜੇ ਸੀ ਜੇ ਲੋਕ ਸਭਾ ਦੀ ਇਹ ਚੋਣਾਂ ਨੇੜੇ ਨਾ ਹੁੰਦੀਆਂ ਸਿਰ ਤੇ ਤੇ ਹੁਣ ਤੱਕ ਇਹ ਪਰਮਿਸ਼ਨ ਮਿਲਣੀ ਨਹੀਂ ਸੀ ਇਹ ਕਹਿ ਦੇਣਾ ਸੀ ਕਿ ਅਸੀਂ ਨਹੀਂ ਆਉਣ ਦੇਣਾ ਆਖਿਰਕਾਰ ਇਹਨਾਂ ਨੂੰ ਇਹ ਲੱਗਦਾ ਕਿ ਅੱਜ ਇਹ ਧਰਨਾ ਪ੍ਰਦਰਸ਼ਨ ਕਰਨਗੇ ਚਲੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠੇ ਵੀ ਹੋ ਜਾਣਗੇ ਮੁੜ ਕੇ ਇਹ ਘਰ ਚਲੇ ਜਾਣਗੇ ਤੇ ਅਸੀਂ ਵੀ ਭੁੱਲ ਜਾਾਂਗੇ ਇਹਨਾਂ ਨੂੰ ਵੀ ਚਿੰਤਾ ਭੁੱਲ ਜਾਊਗਾ ਇਦਾਂ ਹੋਣਾ ਕਿਉਂਕਿ ਕਿਸਾਨਾਂ ਨੇ ਇਸ ਵਾਰੀ ठान ਲਿਆ ਕਿ ਜੇ ਸਾਡੀਆਂ ਮੰਗਾਂ ਪੂਰੀਆਂ ਨਾ ਹੋਈਆਂ ਤੇ ਅਸੀਂ ਇਸੇ ਤਰ੍ਹਾਂ ਧਰਨੇ ਪ੍ਰਦਰਸ਼ਨ ਕਰਦੇ ਰਵਾਂਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਭਾਜਪਾ ਦੇ ਜਿਹੜੇ ਲੀਡਰਸ ਆ ਇਹਨਾਂ ਨੂੰ ਅਸੀਂ ਪਿੰਡਾਂ 'ਚ ਨਹੀਂ ਵੜਨ ਦੇਣਾ ਇਹਨਾਂ ਨੂੰ ਅਸੀਂ ਕਸਬਿਆਂ ਦੇ ਵਿੱਚ ਜਾਂ ਸ਼ਹਿਰਾਂ 'ਚ ਨਹੀਂ ਵੜਨ ਦੇਣਾ ਬਾਰ-ਬਾਰ ਸਵਾਲ ਕਰਾਂਗੇ ਤੇ ਫਿਰ ਇਸ ਤੋਂ ਇਲਾਵਾ ਇਹਨਾਂ ਨੂੰ ਵੋਟ ਦੀ ਝੋਟ ਵੀ ਮਾਰਾਂਗੇ ਦੂਸਰੇ ਪਾਸੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਨਾਨ ਪੋਲੀਟਿਕਲ ਜਗਜੀਤ ਸਿੰਘ ਡੱਲੇਵਾਲ ਤੇ ਸਰਵਨ ਸਿੰਘ ਪੰਦੇਰ ਜਿਸ ਦੀ ਅਗਵਾਈ ਕਰ ਰਿਹਾ ਉਹਨਾਂ ਨੇ ਹੁਣ ਕਲਸ਼ ਯਾਤਰਾ ਕੱਢਣ ਦਾ ਫੈਸਲਾ ਕੀਤਾ ਉਹਨਾਂ ਨੇ ਕਿਹਾ ਕਿ 16 ਮਾਰਚ ਤੋਂ ਅਸੀਂ ਪਹਿਲਾਂ ਹਰਿਆਣਾ ਤੋਂ ਸ਼ੁਰੂਆਤ ਕਰਾਂਗੇ ਬਾਅਦ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਕਲਸ਼ ਯਾਤਰਾ ਲੈ ਕੇ ਜਾਵਾਂਗੇ ਕਲਸ਼ ਉਹ ਕਲਸ਼ ਜਿਹਦੇ ਵਿੱਚ ਸ਼ੁਭਕਰਨ ਸਿੰਘ ਦੀਆਂ ਜਿਹੜਾ 22 ਸਾਲਾਂ ਦਾ ਮੁੰਡਾ 21 ਫਰਵਰੀ ਨੂੰ ਖਨੌਰੀ ਬਾਰਡਰ ਤੇ ਗੋਲੀ ਲੱਗਣ ਕਾਰਨ ਮਾਰਿਆ ਗਿਆ ਸੀ ਉਹਦੀਆਂ ਹਸਤੀਆਂ ਲੈ ਕੇ ਅਸੀਂ ਪੂਰੇ ਭਾਰਤ ਦੇ ਵਿੱਚ ਜਾਵਾਂਗੇ ਤੇ ਕਿਸਾਨਾਂ ਨੂੰ ਲਾਮਬੰਦ ਕਰਾਂਗੇ ਕਿ ਇਹ ਕੰਮ ਕਰਦੀ ਆ ਹਰਿਆਣੇ ਦੀ ਪੁਲਿਸ ਭਾਜਪਾ ਦੀ ਸਰਕਾਰ ਸਾਡੇ ਨਾਲ ਮੰਗਾ ਤਾਂ ਇਹਨਾਂ ਨੇ ਕੀ ਮੰਨਣੇ ਸੀ ਸਾਡੇ ਤੇ ਗੋਲੀਆਂ ਚਲਾਉਂਦੀ ਆ ਪਰ ਅੱਜ ਦੇਖਣਾ ਇਹ ਹੋਊਗਾ ਕਿ ਇਹ ਕਿਸਾਨਾਂ ਦੀ ਮਹਾਪੰਚਾਇਤ ਕਿੰਨੀ ਇੱਕ ਵੱਡੀ ਤਦਾਦ ਦੇ ਵਿੱਚ ਉੱਥੇ ਇਕੱਠ ਕਰ ਪਾਉਂਦੀ ਆ ਕੀ ਸੁਨੇਹਾ ਦਿੰਦੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦਾ ਕੀ ਪ੍ਰੋਗਰਾਮ ਰਹੇਗਾ ਭਾਰਤ ਸਰਕਾਰ ਲਈ ਕੀ ਸੁਨੇਹਾ ਹੋਊਗਾ ਤੇ ਪੰਜਾਬ ਦੀ ਸੂਬਾ ਸਰਕਾਰ ਲਈ ਕੀ ਸਰਿਆ ਹੋਊਗਾ ਜਾਂ ਬਾਕੀ-ਬਾਕੀ ਜਿੱਥੋਂ ਵੀ ਕਿਸਾਨ ਆਉਂਦੇ ਨੇ ਜੱਥੇਬੰਦੀਆਂ ਉਹਨਾਂ ਸੂਬਾ ਸਰਕਾਰਾਂ ਲਈ ਕੀ ਸਨੇਹਾ ਹੋਊਗਾ ਇਸ ਉੱਤੇ ਸਾਡੀ ਨਜ਼ਰ ਬਣੀ ਰਹੇਗੀ ਬੀਤੇ ਕੱਲ ਭਾਰਤ ਦੀ ਸਿਆਸਤ ਦੇ ਵਿੱਚ ਬੜੀ ਹਲਚਲ ਮਚ ਗਈ ਆ ਹਲਚਲ ਮਚੀ ਆ ਮੁੰਬਈ ਤੋਂ ਮੁੰਬਈ ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਉੱਥੇ ਬੰਬੇ ਸਟਾਕ ਐਕਸਚੇਂਜ ਆ ਮਹਾਰਾਸ਼ਟਰ ਦੇ ਵਿੱਚ ਔਰ ਸੈਂਸੈਕਸ ਜਦੋਂ ਉੱਤੇ ਜਾਂਦਾ ਥੱਲੇ ਜਾਂਦਾ ਖਾਸ ਤੌਰ ਤੇ ਜਿਹੜਾ ਵਪਾਰੀ ਤਬਕਾ ਜਾਂ ਖਾਸ ਤੌਰ ਤੇ ਜਿਹੜੇ ਨਿਵੇਸ਼ਕ ਨੇ ਇਨਵੈਸਟਰਸ ਨੇ ਉਹਨਾਂ ਦੇ ਦਿਲ ਵੀ ਉੱਤੇ ਥੱਲੇ ਹੁੰਦੇ ਰਹਿੰਦੇ ਆ। ਕਹਾਂ ਤਾਂ ਇਹ ਜਾਂਦਾ ਕਿ ਸੈਂਸੈਕਸ ਜੇ ਉੱਪਰ ਚਲੀ ਜਾਵੇ ਤੇ ਸ਼ਾਇਦ ਕਹਿੰਦੇ ਇਹਦੇ ਨਾਲ ਭਾਰਤ ਦੇ ਵਿੱਚ ਜਾਂ ਕਿਸੇ ਵੀ ਮੁਲਕ ਦੇ ਵਿੱਚ ਤਰੱਕੀ ਬਹੁਤ ਹੋ ਜਾਂਦੀ ਹੈ ਪਰ ਇਸ ਤਰ੍ਹਾਂ ਦੀ ਕੋਈ ਗੱਲ ਹੈ ਨਹੀਂ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਸੈਂਸੈਕਸ ਉੱਤੇ ਜਾਣ ਜਾਂ ਥੱਲੇ ਆਉਣ ਦੇ ਨਾਲ ਖੁਸ਼ਹਾਲੀ ਦੇ ਵਿੱਚ ਜਾਂ ਉਹਨਾਂ ਦੀ ਜ਼ਿੰਦਗੀਆਂ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ। ਫਰਕ ਇਹਨਾਂ ਨੂੰ ਪੈਂਦਾ ਸਰਕਾਰਾਂ ਨੂੰ। ਹੁਣ ਇਹਦਾ ਕਾਰਨ ਇਹ ਆ ਕਹਿੰਦੇ ਬੀਤੇ ਕੱਲ 900 ਤੋਂ ਵੀ ਵੱਧ ਪੁਆਇੰਟ ਸੈਂਸੈਕਸ ਥੱਲੇ ਚਲੀ ਗਈ ਆ। ਔਰ ਇਹਦੇ ਨਾਲ ਜਿੰਨੇ ਨਿਵੇਸ਼ਕ ਸੀ ਇਨਵੈਸਟਰ ਸੀ ਉਹਨਾਂ ਨੂੰ 112000 ਕਰੋੜ ਦਾ ਘਾਟਾ ਪੈ ਗਿਆ ਕਿਉਂਕਿ ਇਹਨਾਂ ਨੇ ਇਨਵੈਸਟ ਕੀਤਾ ਹੋਇਆ ਸੀ ਸ਼ੇਅਰਸ ਦੇ ਵਿੱਚ ਤੇ ਅਗਲੀ ਗੱਲ ਜਿਹੜੀ ਨਿਕਲ ਕੇ ਆਈ ਹੈ ਕਿ ਘਾਟਾ ਕਿਉਂ ਪੈ ਗਿਆ ਸੈਂਸੈਕਸ ਥੱਲੇ ਕਿਉਂ ਡਿੱਗ ਪਈ ਕਹਿੰਦੇ ਜੀ ਇੱਕ ਸੈਂਟੀਮੈਂਟ ਜਾ ਰਿਹਾ ਇੱਕ ਭਾਵਨਾ ਜਾ ਰਹੀ ਆ ਇਹਨਾਂ ਇਨਵੈਸਟਰਸ ਦੇ ਵਿੱਚ ਔਰ ਪੂਰੇ ਭਾਰਤ ਦੇ ਵਿੱਚ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਿੱਲੀ ਦੇ ਵਿੱਚ ਜਾਂ ਕੇਂਦਰ ਦੇ ਵਿੱਚ ਤੀਸਰੀ ਵਾਰ ਨਹੀਂ ਆ ਰਹੀ ਔਰ ਇਸੇ ਤਰ੍ਹਾਂ ਕਹਿ ਰਹੇ ਨੇ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੀਸਰੀ ਵਾਰੀ ਸੌ ਨਹੀਂ ਚੁਕਣੀ ਔਰ ਇਸ ਦੇ ਨਾਲ ਇੱਕ ਚੀਜ਼ ਹੋਰ ਵੀ ਹੋਈ ਆ ਇਹ ਸੈਂਸੈਕਸ ਦਾ 900 ਤੋਂ ਵੱਧ ਪੁਆਇੰਟ ਥੱਲੇ ਡਿੱਗਿਆ ਹੀ ਡਿੱਗਿਆ ਇਹਨਾਂ ਦੇ ਬੜੇ ਖਾਸ ਮਿੱਤਰ ਨੇ ਗੌਤਮ ਅਡਾਨੀ ਭਾਰਤ ਦੇ ਬੜੇ ਵੱਡੇ ਉਦਯੋਗਪਤੀ ਨੇ ਵਪਾਰੀ ਨੇ ਉਹਨਾਂ ਦੀਆਂ 10 ਕੰਪਨੀਆਂ ਦੇ ਸ਼ੇਅਰਸ ਵੀ ਮੁੱਦੇ ਮੂਹ ਡਿੱਗ ਪਏ ਐਨੇ ਥੱਲੇ ਆ ਗਏ ਲੋਅਰ ਸਰਕਲ ਕਹਿੰਦੇ ਆ ਟੈਕਨੀਕਲ ਭਾਸ਼ਾ ਦੇ ਵਿੱਚ ਲੋਰ ਸਰਕਟ ਲੱਗ ਗਿਆ ਯਾਨੀ ਕਿ ਇੰਨੀ ਬੁਰੀ ਤਰ੍ਹਾਂ ਡਿੱਗੇ ਇੱਥੋਂ ਕੀ ਅੰਦਾਜ਼ਾ ਲਾਇਆ ਜਾਵੇ ਕਹਿੰਦੇ ਕੋਈ ਗੱਲ ਨਹੀਂ ਵੈਸੇ ਅੱਜ ਕੋਸ਼ਿਸ਼ ਇਹ ਹੋ ਰਹੀ ਹੈ ਕਿ ਇਸ ਸ਼ੇਅਰ ਮਾਰਕੀਟ ਨੂੰ ਜਾਂ ਸੈਂਸੈਕਸ ਨੂੰ ਚੱਕਿਆ ਜਾਵੇ ਤਾਂ ਕਿ ਕਿਤੇ ਇਹ ਸੁਨੇਹਾ ਲਗਾਤਾਰ ਨਾ ਜਾਂਦਾ ਰਹੇ ਔਰ ਸ਼ੇਅਰ ਮਾਰਕੀਟ ਥੱਲੇ ਨਾ ਆਉਂਦੀ ਰਹੇ ਇਸ ਦੀਆਂ ਕੋਸ਼ਿਸ਼ਾਂ ਵੀ ਚੱਲ ਰਹੀਆਂ ਨੇ ਪਰ ਇੱਕ ਗੱਲ ਜ਼ਰੂਰ ਆ ਸਰਵੇ ਜੋ ਮਰਜ਼ੀ ਕਹੀ ਜਾਣ ਬੀਤੇ ਕੱਲ ਇੱਕ ਬੜਾ ਵੱਡਾ ਕਹਿੰਦੇ ਜੀ ਮਹਾ ਸਰਵੇ ਆਇਆ ਬਹੁਤ ਵੱਡਾ ਮੈਗਾ ਸਰਵੇ ਉਹਨੂੰ ਕਿਹਾ ਜਾ ਰਿਹਾ ਔਰ ਉਹਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਜਾਂ ਭਾਰਤੀ ਜਨਤਾ ਪਾਰਟੀ ਨੂੰ ਪੂਰਨ ਬਹੁਮਤ ਲੈਂਦੇ ਹੋਏ ਦਿਖਾਇਆ ਨਿਊਜ਼ 18 ਨੇ ਸਰਵੇ ਕੀਤਾ ਔਰ ਤੁਹਾਨੂੰ ਪਤਾ ਹੀ ਇਹ ਨਿਊਜ਼ 18 ਕਿਹਦਾ ਚੈਨਲ ਆ ਉਹਦੇ ਵਿੱਚ ਤਾਂ ਇੱਥੇ ਤਾਂ ਕਿਹਾ ਕਿ ਇਸ ਵਾਰੀ ਵੀ ਭਾਰਤੀ ਜਨਤਾ ਪਾਰਟੀ ਸਨ 2014 ਤੋਂ ਜਾਂ ਸਨ 2019 ਤੋਂ ਵੀ ਵੱਧ ਵੱਡੀ ਜਿੱਤ ਪ੍ਰਾਪਤ ਕਰੂਗੀ ਬੜੀ ਹੈਰਾਨੀ ਦੀ ਗੱਲ ਆ ਖੈਰ ਸਰਵੇ ਹੋਰ ਵੀ ਆਉਣਗੇ ਆਪਣੇ ਆਪਣੇ ਹਿਸਾਬ ਦੇ ਨਾਲ ਸਰਵੇ ਕਰਨਗੇ ਵੈਸੇ ਇਸੇ ਸਰਵੇ ਦੇ ਵਿੱਚ ਪੰਜਾਬ ਦੀ ਵੀ ਗੱਲ ਹੋਈ ਆ ਕਹਿੰਦੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਬੜਾ ਬੁਰਾ ਹਾਲ ਹੋਣ ਜਾ ਰਿਹਾ ਕੇਵਲ ਇੱਕ ਸੀਟ ਦਿੱਤੀ ਗਈ ਹੈ ਸਰਵੇ ਦੇ ਵਿੱਚ ਸੱਤ ਸੀਟਾਂ ਜਾ ਰਹੀਆਂ ਨੇ ਕਾਂਗਰਸ ਨੂੰ ਕਾਂਗਰਸ ਨੂੰ ਬੈਠੇ ਬਿਠਾਈ ਸੀਟਾਂ ਮਿਲ ਗਈਆਂ ਕੁਝ ਕੀਤਾ ਕਰਾਇਆ ਤਾਂ ਇਹਨਾਂ ਨੇ ਹੈ ਨਹੀਂ ਮੈਨੂੰ ਲੱਗਦਾ ਸ਼ਾਇਦ ਇਸ ਕਰਕੇ ਵੀ ਕਿਉਂਕਿ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਉਭਾਰ ਹੋ ਰਿਹਾ ਨਾ ਹੀ ਭਾਰਤੀ ਜਨਤਾ ਪਾਰਟੀ ਨੂੰ ਕਿਸੇ ਤਰ੍ਹਾਂ ਦਾ ਸਮਰਥਨ ਮਿਲ ਰਿਹਾ ਤੇ ਫੇਰ ਲੋਕਾਂ ਨੂੰ ਲੱਗਦਾ ਕਿਸੇ ਨੂੰ ਤਾਂ ਵੋਟ ਪਾਉਣੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰ ਰਹੀ ਤੇ ਚਲੋ ਆ ਬੈਠੇ ਆ ਵਿਹਲੇ ਬੈਠੇ ਆ ਕਾਂਗਰਸ ਵਾਲੇ ਇਹਨਾਂ ਨੂੰ ਵੋਟ ਪਾ ਦੋ ਸ਼ਾਇਦ ਇਸ ਕਰਕੇ ਇਹਨਾਂ ਨੂੰ 7 ਸੀਟਾਂ ਮਿਲ ਰਹੀਆਂ ਨੇ ਵੈਸੇ ਮੈਂ ਇਹਨਾਂ ਦੇ ਵਰਕਰਸ ਦੇ ਵਿੱਚ ਕਾਫੀ ਹੌਸਲਾ ਦੇਖ ਰਿਹਾ ਸੀ ਕਾਫੀ ਉਹਨਾਂ ਦੇ ਹੌਸਲੇ ਬੁਲੰਦਾ ਕਹਿੰਦੇ ਸੀ ਕੰਮ ਬਹੁਤ ਕੀਤਾ ਵੈਸੇ 2 ਸਾਲਾਂ ਦੇ ਵਿੱਚ ਕੰਮ ਕੀ ਇਹਨਾਂ ਨੇ ਕੀਤਾ ਇਹ ਵੀ ਅਸੀਂ ਇਹਨਾਂ ਤੋਂ ਜ਼ਰੂਰ ਪੁੱਛਾਂਗੇ ਤੇ ਸਮਾਂ ਹੋ ਗਿਆ ਅੱਜ ਦੇ ਉਹਨਾਂ ਕੁਝ ਕਮੈਂਟਸ ਨੂੰ ਲੈਣ ਦਾ ਜਿਹੜੇ ਤੁਸੀਂ ਬੀਤੇ ਕੱਲ੍ਹ ਵਾਲੇ ਸਾਡੇ ਪ੍ਰੋਗਰਾਮ ਲਈ ਸਾਨੂੰ ਭੇਜੇ ਆ ਸਭ ਤੋਂ ਪਹਿਲਾ ਕਮੈਂਟ ਹੈ ਸ਼ਮਸ਼ੇਰ ਸਿੰਘ ਦਾ ਇਹਨਾਂ ਨੇ ਮੈਨੂੰ ਸੰਬੋਧਨ ਕੀਤਾ ਔਰ ਨਾਲ ਹੀ ਕਿਹਾ ਕਿ ਫਤਿਹ ਪ੍ਰਵਾਨ ਕਰਨਾ ਜੀ ਬਿਲਕੁਲ ਇਹਨਾਂ ਦੀ ਫਤਿਹ ਪ੍ਰਵਾਨ ਆ ਅਗਲੀ ਗੱਲ ਇਹ ਕਹਿੰਦੇ ਆ ਕਹਿੰਦੇ ਭਾਵੇਂ ਸੈਂਟਰ ਦੀ ਸਰਕਾਰ ਹੋਵੇ ਭਾਵੇਂ ਸੂਬਿਆਂ ਦੀ ਸਰਕਾਰਾਂ ਹੋਣ ਸਭ ਚੋਰ ਇਕੱਠੇ ਹੋਏ ਨੇ ਕਿਸੇ ਤੇ ਕੋਈ ਇਨਕੁਆਰੀ ਨਹੀਂ ਕਰਾਉਂਦੇ ਇਹਨਾਂ ਦੇ ਆਪਣੇ ਭੇਦ ਖੁੱਲਦੇ ਸੀ ਇਲੈਕਸ਼ਨਾਂ ਦੇ ਵਿੱਚ ਬਹੁਤ ਝੂਠ ਬੋਲਦੇ ਆ ਮੈਨੂੰ ਲੱਗਦਾ ਹੈ ਕਿ ਸ਼ਾਇਦ ਇਲੈਕਟੋਰਲ ਬਾਂਡਸ ਦੀ ਗੱਲ ਕਰ ਰਿਹਾ ਕੋਈ ਇਹ ਕਹਿੰਦੇ ਇਨਕੁਆਰੀ ਨਹੀਂ ਕਰਾਉਣਾ ਚਾਹੁੰਦਾ ਵੈਸੇ ਵੀ ਸੂਬਾ ਸਰਕਾਰਾਂ ਦਾ ਵੀ ਇਹ ਹਾਲ ਆ ਕੇਂਦਰ ਸਰਕਾਰ ਦਾ ਵੀ ਕਹਿੰਦੇ ਇਹੀ ਹਾਲ ਆ ਗਲਤ ਤੁਹਾਡੀ ਠੀਕ ਆ ਪਰ ਅਸੀਂ ਮੁਲਕ ਵੀ ਚਲਾਉਣੇ ਆ ਅਸੀਂ ਸੂਬੇ ਵੀ ਚਲਾਉਣੇ ਆ ਸਰਕਾਰਾਂ ਵੀ ਸਾਨੂੰ ਚੁਣਨੀਆਂ ਪੈਣੀਆਂ ਕਿਉਂਕਿ ਇਸ ਤੋਂ ਇਲਾਵਾ ਸਾਡੇ ਮੁਲਕ ਦੇ ਵਿੱਚ ਹਜੇ ਹੋਰ ਕੋਈ ਸਿਸਟਮ ਨਹੀਂ ਇਹੀ ਸਭ ਤੋਂ ਵਧੀਆ ਸਿਸਟਮ ਆ ਮੌਕੇ ਦਾ ਸੋ ਕਾਰਨ ਇਹਦੇ ਵਿੱਚ ਇੱਕ ਹੀ ਆਊਗਾ ਕਿ ਜੇ ਅਸੀਂ ਵਧੀਆ ਬੰਦੇ ਚੁਣ ਕੇ ਭੇਜੀਏ ਉਹਨਾਂ ਨੂੰ ਵਿਧਾਨ ਸਭਾ ਚ ਭੇਜੀਏ ਤੇ ਪਾਰਲੀਮੈਂਟ ਦੇ ਵਿੱਚ ਭੇਜੀਏ ਸ਼ਾਇਦ ਫੇਰ ਕਿਸੇ ਬਦਲਾਅ ਦੀ ਅਸੀਂ ਉਮੀਦ ਕਰ ਸਕਦੇ ਹਾਂ ਰਾਜਕੁਮਾਰ ਨੇ ਇਹਨਾਂ ਨੇ ਸਾਨੂੰ ਅੰਗਰੇਜ਼ੀ ਦੇ ਵਿੱਚ ਲਿਖਿਆ ਕਹਿੰਦੇ ਵੈਰੀ ਗੁੱਡ ਐਨਾਲਿਸਿਸ ਮਨਪ੍ਰੀਤ ਜੀ ਸ਼ੁਕਰ ਹੈ ਪਰਮਾਤਮਾ ਦਾ देयर ਆਰ ਸਟਿਲ ਜਰਨਲਿਸਟ ਲਾਈਕ ਯੂ ਸਟਿਲ ਐਗਜ਼ਿਸਟ ਵੈਸੇ ਰਾਜਕੁਮਾਰ ਜੀ ਮੈਂ ਤੁਹਾਨੂੰ ਦੱਸਦਾ ਸਾਡੇ ਭਾਰਤ ਦੇ ਵਿੱਚ ਵੀ ਤੁਸੀਂ ਜੇ ਨਜ਼ਰ ਮਾਰੋ ਹਜੇ ਬਹੁਤ ਸਾਰੇ ਤੁਹਾਨੂੰ ਪੱਤਰਕਾਰ ਜਰਨਲਿਸਟ ਮਿਲ ਜਾਣਗੇ ਚਾਹੇ ਉਹਨਾਂ ਨੂੰ YouTube ਤੇ ਕਿਉਂ ਨਾ ਆਉਣਾ ਪਿਆ ਕਿਸੇ ਦਿਨ ਮੈਂ ਤੁਹਾਨੂੰ ਉਹਨਾਂ ਦੀ ਪੂਰੀ ਲਿਸਟ ਵੀ ਦੇ ਦੂੰ ਜਿਹੜੇ ਬਹੁਤ ਹੁੰਦਾ ਬਹੁਤ ਵਧੀਆ ਕੰਮ ਕਰ ਰਹੇ ਨੇ ਔਰ ਅੱਜ ਵੀ ਕਿਸੇ ਸਰਕਾਰ ਦੀ ਆਲੋਚਨਾ ਕਰਨ ਤੋਂ ਡਰ ਨਹੀਂ ਰਹੇ ਅਸੀਂ ਵੀ ਆਪਣਾ ਇੱਕ ਛੋਟਾ ਜਿਹਾ ਉਪਰਾਲਾ ਇਸੇ ਤਰ੍ਹਾਂ ਕਰਦੇ ਰਵਾਂਗੇ ਅੱਗੇ ਆਉਂਦੇ ਨੇ ਜਸਵਿੰਦਰ 72 ਇਹਨਾਂ ਦਾ ਅਕਾਊਂਟ ਆ ਇਹਨਾਂ ਨੇ ਲਿਖਿਆ ਕਹਿੰਦੇ ਵੀਰਾ ਨਾ ਕੋਈ ਡਿਗਰੀ ਨਾ ਡਿਪਲੋਮਾ ਮੋਦੀ ਦੇ ਨਾਮ ਦਾ ਪਟਾ ਪਾਇਆ ਹੈ ਅੱਖਾਂ ਕੰਨ ਮੂੰਹ ਬੰਦ ਕਰਕੇ ਫਿਰ ਸੀਐਮ ਦੀ ਕੁਰਸੀ ਤੇ ਬਿਠਾਏ ਆ ਇਹ ਗੱਲ ਤੁਸੀਂ ਮੈਨੂੰ ਯਾਦਾ ਸ਼ਾਇਦ ਇਸ ਸੰਦਰਭ ਦੇ ਵਿੱਚ ਕਹੀ ਆ ਕਿਉਂਕਿ ਮੈਂ ਦੱਸਿਆ ਸੀ ਕਿ ਕਈ ਸਟੇਟਸ ਦੇ ਕਈ ਸੂਬਿਆਂ ਦੇ ਸੀਐਮ ਸਿੱਧੇ ਚੱਕ ਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਤੇ ਆ ਜਿਨ੍ਹਾਂ ਦਾ ਨਾਂ ਤਾਂ ਕੋਈ ਪੋਲਿਟੀਕਲ ਵਜੂਦ ਆ ਨਾ ਕੋਈ ਸਿਆਸੀ ਉਹਨਾਂ ਦੇ ਪਿੱਛੇ ਕਿਸੇ ਤਰ੍ਹਾਂ ਦਾ ਕੋਈ ਸੰਗਠਨ ਆ ਜਾਂ ਉਹਨਾਂ ਦਾ ਸਮਰਥਨ ਆ ਪਰ ਇਸ ਦੇ ਬਾਵਜੂਦ ਵੀ ਉਹ ਸੀਐਮ ਬਣਾ ਦਿੱਤੇ ਗਏ ਨੇ ਸੋ ਇਹੀ ਕਾਇਦਾ ਚੱਲਦਾ ਜਦੋਂ ਤੁਸੀਂ ਬਹੁਤ ਤਾਕਤਵਰ ਹੋ ਜੋ ਫਿਰ ਤੁਸੀਂ ਕਿਸੇ ਦੀ ਸੁਣਦੇ ਥੋੜੀ ਹੋ ਅਗਲਾ ਕਮੈਂਟਾ ਬਖਸ਼ੀਸ਼ ਸਿੰਘ ਦਾ 2924 ਇਹਨਾਂ ਦਾ ਅਕਾਊਂਟ ਆ ਕਹਿੰਦੇ ਸੱਪ ਦੇ ਮੂੰਹ ਵਿੱਚ ਕੋੜ ਕਿਰਲੀ ਵਾਲੀ ਕਹਾਵਤ ਅਕਾਲੀ ਦਲ ਤੇ ਪੂਰੀ ਢੁਕਦੀ ਐ ਬਿਲਕੁਲ ਤੁਹਾਡੀ ਗੱਲ ਠੀਕ ਆ ਸ਼੍ਰੋਮਣੀ ਅਕਾਲੀ ਦਲ ਜਿਸ ਤਰ੍ਹਾਂ ਆਪਣੀ ਹੋਂਦ ਨੂੰ ਲਗਾਤਾਰ ਗੁਆ ਰਿਆ ਮੈਂ ਤਾਂ ਇਹੀ ਕਹੂੰਗਾ ਜਿੰਨੀ ਦੇਰ ਤੱਕ ਆਪਣੀ ਹੋਂਦ ਨੂੰ ਕਾਇਮ ਨਹੀਂ ਰੱਖਦਾ ਆਪਣੀ ਹਿਸਟਰੀ ਨਹੀਂ ਪੜਦਾ ਆਪਣਾ ਪਛੋਕੜ ਨਹੀਂ ਪਛਾਣਦਾ ਜਿੰਨੀਆਂ ਕੁਰਬਾਨੀਆਂ ਇਸ ਪਾਰਟੀ ਨੇ ਦਿੱਤੀਆਂ ਨੇ ਇਹਨਾਂ ਦੇ ਜਿਹੜੇ ਸੀਨੀਅਰ ਲੀਡਰਸ ਨੇ ਮਰਹੂਮ ਲੀਡਰਸ ਨੇ ਜੇ ਉਹਨਾਂ ਨੂੰ ਪਛਾਣਦਾ ਨਹੀਂ ਜਾਂ ਉਹਨਾਂ ਦੀ ਕਦਰ ਨਹੀਂ ਕਰੂਗਾ ਤਾਂ ਫਿਰ ਇਸੇ ਤਰ੍ਹਾਂ ਇਸ ਪਾਰਟੀ ਦਾ ਨਿਗਾਰ ਹੁੰਦਾ ਰਹੂਗਾ ਭਾਰਤੀ ਜਨਤਾ ਪਾਰਟੀ ਦੀ ਆਲੋਚਨਾ ਕਰਨੀ ਪਊਗੀ ਜਿੱਥੇ ਲੋੜ ਆ ਤੇ ਜਿੱਥੇ ਲੋੜ ਆ ਜੇ ਤੁਸੀਂ ਉੱਥੇ ਵੀ ਚੁੱਪ ਕਰਕੇ ਬਹਿ ਜਾਓਗੇ ਤੇ ਜਿੰਨੇ ਮਰਜ਼ੀ ਗੱਠ ਜੋੜ ਕਰ ਲਓ ਫਿਰ ਫਾਇਦਾ ਨਹੀਂ ਹੋਣਾ ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ ਮੈਂ ਮਨਪ੍ਰੀਤ ਰੰਦਾਵਾ